सतनाम वाहिगुरु साहिब जी, ज्ञान ध्यान किस कर्म न जाना, सार न जाना तेरी, सब दे बड़ा सतगुर नानक, जिन कल राखी मेरी। ज्ञान ध्यान किस कर्म न जाना, नाही ना निर्मल करनी, साध संगत कै अंचल लाभो, बेकम नदी जाए तरनी। माय मूर्ख की केतक बात है, कोट परादी तरियारी। गुरु नानक जन सुनिया पेखिया, ते फिर गिरबास न परियारी। ज्यों बुलावे त्यों बोला स्वामी, कुदरत कवन हमारी। साध संगत नानक जस गायो, जो प्रभ की अत प्यारी। सतनाम वाहिगुरु साहिब जी। श्लोक महला तीजा, रणैर माहे अनंत है, कूड़ी आवे जाए, भाण चलै आपण, बहुते लहे सजाए। रणैर में सब किस है, कर्मे पल पाए, नानक नौनद पाइए, जे चल तिसर जाए। महला तीजा, सहजे सतगुर ना सेवियो, बिच हो मैं जन्म विनाश, रसना हर रसना चखियो, कमल न होयो परगास। बेख खादी मन मुख मुआ, माया मोहे विनाश। एक सहर के नाम बैण, त्रिग जीवन त्रिग वास। जा आपे नजर करे प्रभ सच्चा, ता होवै दासन दास। ता अनदन सेवा करे सतगुरु की, कबे न सोड़ पास। ज्यो जल में कमल अलिप तो वरतै, त्यों बिचे ग्रह उदास। जन नानक करे कराया, सब को ज्यो पावे, तेव हर गुण तास। पावड़ी सते जोग गवार सा, आपे गणत कीने, आपे श्रेष्ठ सब सा जियन, आप मत दीने। सिमरत सासत साजियन, पाप पुन गणत गणीने, जस बुझाय सो बुझसी, सच्चा शब्द पति ने। सब आपे आप वरतदा, आपे बख्स मलाई। सब आपे आप वरतदा, आपे बख्स मलाई। परम सम्मान योग
ਗੁਰੂ ਪਿਆਰੇ ਸਾਧ ਸੰਗਤ ਜੀ ਵਡਭਾਗੇ ਹਾਂ, ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਸਾਨੂੰ ਅੰਮ੍ਰਿਤ ਵੇਲੇ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਵਾਹਿਗੁਰੂ ਜੀ ਦੇ ਵੱਲੋਂ ਮਿਲੇ ਸਵਾਸਾਂ ਨੂੰ ਸਫਲੇ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਆਓ ਕੁਝ ਕੁ ਸਮਾਂ ਆਪਣੀਆਂ ਮਨੋਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਰਹਿਮਤ ਸਦਕਾ ਪਾਵਨ ਅਸਥਾਨਾਂ ਤੋਂ ਜੋ ਆਪਾਂ ਇੱਕ ਓਅੰਕਾਰ ਤੋਂ ਲੜੀਵਾਰ ਪਾਵਨ ਗੁਰਬਾਣੀ ਵਿਚਾਰ ਸਹਿਤ ਸਰਵਣ ਕਰਦੇ ਆ ਰਹੇ ਹਾਂ, ਚੱਲ ਰਹੀ ਲੜੀਵਾਰ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਦੀ ਕਿਰਤਲਾ ਕਰੀਏ। ਜੋ ਪਾਵਨ ਪਵਿੱਤਰ ਸ਼ਬਦ ਜਾਪ ਸਰਵਣ ਕੀਤਾ, ਜਿਸ ਦੀ ਅਸਾਂ ਵਿਚਾਰ ਕਰਨੀ ਹੈ, ਇਹ ਪਾਵਨ ਜਾਪ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਤੀਸਰੇ ਸਰੂਪ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਹੋਇਆ ਹੋਇਆ ਸ਼ਬਦ ਹੈ, ਜੋ ਕਿ ਰਾਮ ਕਲੀ ਕੀ ਵਾਰ ਦੇ ਵਿੱਚ ਸੁਸ਼ੋਭਿਤ ਹੈ। ਸਾਹਿਬਾਂ ਨੇ ਇਸ ਸ਼ਬਦ ਵਿੱਚ ਦੋ ਸਲੋਕ ਇੱਕ ਪੌੜੀ ਦੀ ਕਿਰਪਾ ਕੀਤੀ ਹੈ, ਜੋ ਆਪਾਂ ਜਾਪ ਸਰਵਣ ਕੀਤਾ। ਸਾਹਿਬਾਂ ਮਤ ਬੁੱਧ ਬਖਸ਼ਿਸ਼ ਕਰਨ, ਵਿਚਾਰ ਕਰ ਸਕੀਏ, ਕੋਸ਼ਿਸ਼ ਕਰੀਏ ਸਤਿਗੁਰਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ, ਸਮਝ ਕਰਕੇ ਹਿਰਦੇ ਘਰ ਵਿੱਚ ਵਸਾਈਏ, ਤਾਂ ਕਿ ਜੋ ਸਤਿਗੁਰੂ ਜੀ ਰਹਿਮਤਾਂ ਬਰਸਾ ਰਹੇ ਨੇ ਸਾਡੇ ਵੀ ਹਿਰਦੇ ਰੂਪੀ ਝੋਲੀ ਦੇ ਵਿੱਚ ਇਹ ਪੈ ਜਾਵਣ। ਸੁਰੋਹ ਵਿਚਾਰ ਸਾਹਿਬਾਂ ਨੇ ਇਸ ਸ਼ਬਦ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਬੇਅੰਤਤਾ ਦਾ ਵਰਣਨ ਕਰਦਿਆਂ ਸਮਝਾਉਣਾ ਕੀਤਾ ਸਾਨੂੰ ਕਿ ਭਾਈ ਬੇਅੰਤ ਪ੍ਰਭੂ ਸੰਸਾਰ ਰੂਪੀ ਰਚਨਾ ਵਿੱਚ ਹੀ ਵਿਆਪਕ ਹੈ, ਪ੍ਰਭੂ ਦੇ ਭਾਣੇ ਵਿੱਚ ਚੱਲਿਆ। ਸਾਹਿਬ ਕਹਿੰਦੇ ਨੇ ਹਰ ਇੱਕ ਜੀਵ ਨੂੰ ਮਨ ਵਾਸ ਫਲ ਪ੍ਰਾਪਤ ਹੁੰਦੇ ਹੈ, ਪਰ ਨਾਲ ਹੀ ਸਾਹਿਬ ਨੇ ਇਹ ਵੀ ਕਿਰਪਾ ਕੀਤੀ ਹੈ ਇਸ ਸ਼ਬਦ ਵਿੱਚ ਵੀ ਜਿਹੜਾ ਭਾਈ ਆਪਣੇ ਭਾਣੇ ਵਿੱਚ ਜਾਂ ਆਪਣੀ ਮਰਜ਼ੀ ਵਿੱਚ ਕਹਿ ਲਈਏ ਚੱਲਦਾ, ਸਾਹਿਬ ਜੀ ਕਹਿੰਦੇ ਭਾਈ ਉਹਨੂੰ ਇਸ ਜ਼ਿੰਦਗੀ ਦਾ ਆਨੰਦ ਨਹੀਂ ਪ੍ਰਾਪਤ ਹੁੰਦਾ, ਉਹ ਦੁੱਖਾਂ ਦਰਿੱਦਰਾਂ ਦੇ ਵਿੱਚ ਕਲ ਕਲੇਸ਼ਾਂ ਦੇ ਵਿੱਚ ਹੀ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ, ਕਿਉਂਕਿ ਮਾਲਕ ਨੇ ਇਹ ਕਿਰਪਾ ਕੀਤੀ ਹੈ ਸਾਨੂੰ ਸਮਝਾਉਣਾ ਕੀਤਾ। ਗੁਰ ਕੇ ਭਾਣੇ ਵਿੱਚ ਜੇ ਆਵੇ ਭਾਈ, ਸਾਹਿਬ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੈ, ਗੁਰੂ ਕੇ ਭਾਣੇ ਵਿੱਚ ਚੱਲਦਾ ਹੈ, ਉਹ ਮਨ ਵਸਤ ਫਲ ਪ੍ਰਾਪਤ ਕਰਦਾ ਹੈ, ਗੁਰੂ ਕਿਆ ਖੁਸ਼ੀਆਂ ਨੂੰ ਪ੍ਰਾਪਤ ਕਰਦਾ। ਪਰ ਜਿਹੜਾ ਸਾਹਿਬ ਕਹਿੰਦੇ ਆਪਣ ਭਾਣੇ ਜੋ ਚੱਲੇ ਭਾਈ, ਸੋ ਵਿਛੜ ਝੋਟਾਂ ਖਾਏ। ਸਾਹਿਬ ਕਹਿੰਦੇ ਜਿਹੜਾ ਆਪਣੇ ਭਾਣੇ ਚੱਲਦਾ ਹੈ, ਆਰੰਭਤਾ ਹੁੰਦੀ ਹੈ। ਸਾਹਿਬ ਕਹਿੰਦੇ ਵੀ ਇਹ ਪਿਆਰਿਓ ਜਿਹੜਾ ਗੁਰੂ ਕਾ ਸਿੱਖ ਹੈ, ਗੁਰੂ ਕਾ ਸਿੱਖ ਸਿੱਖਿਆ ਤੇ ਚੱਲਣ ਵਾਲਾ, ਸਾਹਿਬ ਕਹਿੰਦੇ ਭਾਈ ਉਹ ਗੁਰੂ ਕੇ ਭਾਣੇ ਵਿੱਚ ਚੱਲਦਾ ਹੈ, ਮਾਲਕ ਦੀ ਰਜ਼ਾ ਵਿੱਚ ਰਹਿੰਦਾ ਹੈ, ਉਹ ਤੇ ਰਹਿਮਤਾਂ ਵਰਸਦੀਆਂ ਨੇ ਪਰਮਾਤਮਾ ਦੀਆਂ, ਸਾਹਿਬਾਂ ਦੀਆਂ, ਸਤਿਗੁਰੂ ਦੇ ਭਾਣੇ ਵਿੱਚ ਚੱਲਣ ਵਾਲੇ ਤੇ। ਪਰ ਜਿਹੜਾ ਸਾਹਿਬ ਕਹਿੰਦੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਸਿੱਖ ਸਖਾ, ਸਖਾ ਕਿਹਨੂੰ ਕਹਿੰਦੇ ਮਿੱਤਰ ਨੂੰ, ਬੰਧਪ ਵੀ ਆਪਣਾ ਪਿਆਰਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਕੌਣ ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਕੇ ਭਾਣੇ ਵਿੱਚ ਚੱਲਦਾ ਹੈ ਆਵਦਾ ਹੈ, ਤੇ ਨਾਲ ਕਹਿੰਦੇ ਆਪਣੇ ਭਾਣੇ ਜੋ ਚੱਲੇ ਭਾਈ, ਜਿਹੜਾ ਆਪਣੀ ਮਰਜ਼ੀ ਵਿੱਚ ਚੱਲਦਾ ਹੈ। ਤੇ ਪਾਤਸ਼ਾਹ ਕਹਿੰਦੇ ਸੋ ਵਿਸੜ ਚੋਟਾਂ ਖਾਏ, ਉਹ ਮਾਲਕ ਨਾਲ ਵਿਸੜ ਕਰਕੇ ਵਿਛੋੜਾ ਪੈ ਜਾਂਦਾ, ਮਾਲਕ ਨੂੰ ਭੁੱਲਣ ਕਰਕੇ ਉਹ ਚੋਟਾਂ ਖਾਂਦਾ ਹੈ, ਭਾਵ ਚੋਟਾਂ ਦਾ ਕੀ ਹੈ, ਘਾਟੇ ਖਾਂਦਾ ਹੈ, ਉਹ ਦੁੱਖ ਭੋਗਦਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਪਿਆਰਿਆ ਗੁਰੂ ਕੇ ਭਾਣੇ ਨੂੰ ਸਮਝਣਾ ਕਰ,
ਭਾਣੇ ਵਿੱਚ ਰਹਿ, ਰਜਾ ਦੇ ਵਿੱਚ ਰਹਿ। ਇਸੇ ਕਰਕੇ ਪਾਤਸ਼ਾਹ ਆਖਣਾ ਕੀਤਾ ਵੀ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਪਾਤਸ਼ਾਹ ਰਹਿਮਤ ਕਰੇ ਸੁਰੋ ਵਿਚਾਰ ਆਓ, ਮੇਰੇ ਮਾਲਕ ਨੇ ਕਿਰਪਾ ਕੀਤੀ ਹੈ, ਸਾਨੂੰ ਸਮਝਾਉਣਾ ਕੀਤਾ ਵੀ ਇਹ ਸੰਸਾਰ ਹੈ ਜਿਹੜਾ ਭਾਈ, ਸੰਸਾਰ ਦੇ ਵਿੱਚ ਜਿਹੜੇ ਤਾਂ ਮਾਲਕ ਨਾਲ ਜੁੜ ਕੇ ਚੱਲਦੇ ਆ, ਸੱਚ ਨੂੰ ਸਮਝ ਕੇ ਚੱਲਦੇ ਆ, ਉਹਨਾਂ 'ਤੇ ਰਹਿਮਤ ਹੁੰਦੀ ਹੈ। ਨਹੀਂ ਤਾਂ ਇਹ ਸੰਸਾਰ ਨੂੰ ਮੇਰੇ ਮਾਲਕ ਨੇ ਆਖਣਾ ਕੀਤਾ, ਇਹ ਸੰਸਾਰ ਬੇਕਾਰ ਸੰਸੇਮੈ, ਇਹ ਸੰਸਾਰ ਬੇਕਾਰ ਸੰਸੇ। ਬੇਕਾਰ ਦਾ ਭਾਵ ਵੀ ਬੇਕਾਰ, ਜਿਹੜਾ ਕਿਸੇ ਕੰਮ ਕਾਜ ਦੀ ਗੱਲ ਨਹੀਂ, ਕੋਈ ਭਲੇ ਦਾ ਕਰਮ ਨਹੀਂ ਹੈ, ਕੋਈ ਸਾਡੀ ਸਫਲਤਾ ਦਾ ਕਰਮ ਨਹੀਂ, ਉਹਨੂੰ ਬੇਕਾਰ ਕਿਹਾ। ਪਾਤਸ਼ਾਹ ਕਹਿੰਦੇ ਇਹ ਸੰਸਾਰ ਬੇਕਾਰ ਸੰਸੇ, ਬੇਕਾਰ ਸੰਸਿਆਂ ਦੇ ਵਿੱਚ ਇਹ ਸੰਸਾਰ ਫਸਿਆ ਹੋਇਆ। ਆਪਾਂ ਜੀਵ ਬਿਰਲਿਆਂ ਨੂੰ ਛੱਡ, ਜਿਹੜੇ ਬਿਰਲਿਆ ਉਹਨਾਂ ਨੂੰ ਮਾਲਕ ਨੇ ਕਹਿਤਾ ਹੈ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਕੌਣ ਹੈ? ਜਿਹੜਾ ਬ੍ਰਹਮ ਦੀ ਪਛਾਣ ਕਰਦਾ, ਮਾਲਕ ਨੂੰ ਸਮਝਦਾ ਹੈ, ਉਹਨੂੰ ਬ੍ਰਹਮ ਗਿਆਨੀ ਕਿਹਾ। ਬ੍ਰਹਮ ਗਿਆਨੀ ਪ੍ਰਥਾਏ ਮਾਲਕ ਨੇ ਵਚਨ ਕੀਤੇ ਹੈ, ਜਿਹੜਾ ਬ੍ਰਹਮ ਗਿਆਨੀ। ਸਾਹਿਬ ਕਹਿੰਦੇ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਦ੍ਰਿਸ਼ਟੀ, ਬ੍ਰਹਮ ਗਿਆਨੀ ਦ੍ਰਿਸ਼ਟੀ ਦੇ ਵਿੱਚ ਕੀ ਹੈ? ਸਾਰੇ ਪਾਸੇ ਬ੍ਰਹਮ ਹੀ ਬ੍ਰਹਮ ਪਸਰਿਆ ਹੋਇਆ, ਸਮ ਦ੍ਰਿਸ਼ਟੀ ਹੈ ਜਿਹੜਾ ਬ੍ਰਹਮ ਗਿਆਨੀ। ਬ੍ਰਹਮ ਵਿਦ ਸੋ ਬ੍ਰਹਮਣ ਹੋਏ ਵੀ ਕਹਿਤਾ ਮਾਲਕ ਨੇ, ਵੀ ਜਿਹੜਾ ਬ੍ਰਹਮ ਨੂੰ ਪਛਾਣ ਲੈਂਦਾ ਉਹ ਅਸਲ ਕਰਕੇ ਬ੍ਰਹਮਣ ਹੈ। ਬ੍ਰਹਮ ਬ੍ਰਹਿਮੰਡ ਦੇ ਵਿੱਚ ਵਸੇ ਉਹਨੂੰ ਜਿਹੜਾ ਪਛਾਣਦਾ ਉਹਨੂੰ ਬ੍ਰਹਮ ਗਿਆਨੀ ਕਿਹਾ। ਬ੍ਰਹਮ ਗਿਆਨੀ ਕੀ ਦ੍ਰਿਸ਼ਟੀ? ਅੰਮ੍ਰਿਤ ਵਰਸੀ, ਜਿਹੜਾ ਬ੍ਰਹਮ ਗਿਆਨੀ ਹੈ ਉਹਦੀ ਦ੍ਰਿਸ਼ਟੀ ਵਿੱਚ, ਨਿਗਾਹ ਦੇ ਵਿੱਚ ਅੰਮ੍ਰਿਤ ਹੈ। ਅਮਰ ਜਿਹੜਾ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ, ਉਹ ਭਾਈ ਕਦੇ ਵਿਸਾਰਦਾ ਨਹੀਂ ਜਿਹਨੇ ਬ੍ਰਹਮ ਨੂੰ ਪਾ ਲਿਆ। ਸਰੋ ਵਿਚਾਰ, ਸਤਿਗੁਰਾਂ ਨੇ ਇਹ ਕਿਰਪਾ ਕੀਤੀ ਹੈ ਵੀ ਭਾਈ ਇਹ ਸੰਸਾਰ ਵਿੱਚ ਉਹਦਾ ਪਾਰ ਉਤਾਰਾ ਹੁੰਦਾ ਹੈ ਜਿਹੜਾ ਬ੍ਰਹਮ ਨੂੰ ਪਛਾਣ ਕੇ ਚੱਲਦਾ। ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਇਹੋ ਰਸ, ਹਰ ਰਸ ਪਰਮਾਤਮਾ ਦੇ ਨਾਮ ਦਾ ਰਸ, ਜਿਹੜਾ ਜਾਗ ਪੈਂਦਾ ਜੀ ਤੇ ਮਾਲਕ ਦੀ ਰਹਿਮਤ ਹੁੰਦੀ ਹੈ। ਜਾਗਣਾ, ਜਾਗਣ ਦਾ ਭਾਵ ਹੈ ਸਚੇਤ ਹੋ ਜਾਣਾ, ਸਮਝ ਕੇ ਚੱਲਣਾ, ਉਹਨੂੰ ਜਾਗਣਾ ਕਹਿੰਦੇ ਆ। ਇਹ ਨਹੀਂ ਵੀ ਅਸੀਂ ਆ ਹੁਣ ਠੀਕ ਹੈ ਅੰਮ੍ਰਿਤ ਵੇਲੇ ਜਾਗਦੇ ਹਾਂ, ਜਾਗਣਾ ਚਾਹੀਦਾ, ਮਾੜੀ ਗੱਲ ਨਹੀਂ। ਸਮਝਣ ਲਈ, ਬਾਣੀ ਪੜ੍ਹਨ ਲਈ, ਨਾਮ ਜਪਣ ਲਈ ਉੱਠਦੇ ਹਾਂ, ਚੰਗੀ ਗੱਲ ਹੈ। ਪਰ ਅਸਲ ਵਿੱਚ ਜਾਗਣਾ ਦਾ ਭਾਵ ਹੈ ਸਚੇਤ ਹੋ ਜਾਣਾ, ਸਮਝ ਕੇ ਜ਼ਿੰਦਗੀ ਵਿੱਚ ਚੱਲਣਾ। ਪਾਤਸ਼ਾਹ ਕਹਿੰਦੇ ਆ ਭਾਈ ਜੇ ਤੇ ਮਾਲਕ ਦੀ ਰਹਿਮਤ ਹੁੰਦੀ ਹੈ ਉਹ ਜਾਗ ਪੈਂਦਾ। ਹੁਣ ਜਾਗ ਦਿੱਤਾ, ਜੇ ਆਪਣੀ ਜਾਗਣੀ ਤਾਂ ਆਪਾਂ ਸਾਰੀ ਜਾਗਦੇ ਹਾਂ ਨਾ। ਮਨਮੁੱਖ ਵੀ ਜਾਗਦੇ ਆ, ਗੁਰਮੁਖ ਵੀ ਜਾਗਦੇ ਆ, ਮੰਨਣ ਵਾਲੇ ਵੀ ਜਾਗਦੇ ਆ, ਨਹੀਂ ਮੰਨਣ ਵਾਲੇ ਵੀ ਜਾਗਦੇ ਨੇ। ਪਰ ਅਸਲ ਜਾਗਣਾ ਜਿਹਨੂੰ ਮਾਲਕ ਜਾਗਣਾ ਕਹਿੰਦੇ ਆ, ਜਾਗਣਾ ਜਾਗਣ ਨਿਕਾ ਹਰ ਕੀਰਤਨ ਮੈਂ ਜਾਗਣਾ। ਹਰੀ ਦਾ ਕੀਰਤਨ ਹੁੰਦਾ, ਹਰੀ ਦੀ ਉਸਤਤ ਹੁੰਦੀ ਹੈ, ਮਾਲਕ ਦੀ ਵਡਿਆਈ ਵਿਚਾਰ ਹੁੰਦੀ ਹੈ, ਇਹਨੂੰ ਜਾਗਣਾ ਕਹਿੰਦੇ ਵੀ ਇਹਦੇ ਵਿੱਚ ਜਾਗ ਲਈਏ, ਅਸੀਂ ਸਮਝ ਲਈਏ ਇਸ ਕਥਾ ਵਾਰਤਾ ਦੇ ਦੁਆਰਾ, ਮਾਲਕ ਦੀ ਬਾਣੀ ਨੂੰ ਸਮਝ ਕੇ ਮਨ ਨੂੰ ਜਗਾ ਲਿਆ ਜਾਏ। ਪਾਤਸ਼ਾਹ ਕਹਿੰਦੇ ਨੇ ਇਹ ਸਭ ਤੋਂ ਭਲਾ ਜਾਗਣਾ ਹੈ, ਬਸ ਜਿਹਨੂੰ ਮਾਲਕ ਜਗਾ ਦਿੰਦਾ, ਜਿਹਨੂੰ ਇਹ ਗਾਗ ਆ ਜਾਂਦੀ ਹੈ ਨਾ, ਉਹ ਹਰ ਰਸ ਨੂੰ ਪੀਂਦਾ। ਜਿਸੇ ਜਗਾਏ ਪੀ ਆ ਗਏ ਹਰ ਰਸ, ਅਕਥ ਕਥਾ ਤਿੰਨ ਜਾਨੀ, ਉਹ ਅਕਥ ਕਥਾ ਨੂੰ ਜਾੜ ਲੈਂਦੇ ਆ। ਅਕਥ ਨਾ ਕਥਨ ਵਾਲੀ, ਜਿਹਨੂੰ ਅਸੀਂ ਕਹਿੰਦੇ ਇਹ ਨਹੀਂ ਹੋ ਸਕਦਾ ਉਹ ਕਰ ਲੈਂਦੇ ਆ। ਜਿਹਨੂੰ ਕਹਿੰਦੇ ਆ ਆਪਾਂ ਬਈ ਇਹ ਕਿਵੇਂ ਹੋ ਜੂਗਾ, ਉਹ ਰੱਬ ਦੇ ਪਿਆਰੇ ਸਭ ਕੁਝ ਕਰ ਲੈਂਦੇ ਆ। ਜਿਹੜੇ ਕਹਿੰਦੇ ਵੀ ਇੱਦਾਂ ਰੱਬ ਨਹੀਂ ਦਿਸਦਾ, ਪਰ ਜਿਹੜੇ ਜਾਗ ਪੈਂਦੇ ਆ ਉਹਨਾਂ ਨੂੰ ਦਿਸ ਪੈਂਦਾ, ਜਿਹੜੇ ਸੁਚੇਤ ਹੋ ਜਾਂਦੇ ਆ, ਜਿਹੜੇ ਇਸ ਰਸ ਨੂੰ ਪੀ ਲੈਂਦੇ ਆ। ਮਾਲਕ ਕਹਿੰਦੇ ਆ ਭਾਈ ਜਿਸ ਜਗਾ ਪਿਆਵੇ ਉਹ ਰਸ, ਅਕਥ ਕਥਾ ਤਨ ਜਨ, ਪਰ ਨਹੀਂ ਤਾਂ ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ।
निज कर महल पाब सुख सहजे बौर ना हो को फेरा पासा कहने इस करके आओ ताते अज के शब्द गुरु पातशाह जी रहमत करदिया सानू समझाउंदे आ भी ओदा भाई संसार दे विच दुनिया आ रही है जा रही है आउंदी है जांदी है पर विरलिया जिहड़े आके लाहा लैंदे आ सच की पछाड़ करदे आ उहदे भाणे विच चलदे आ ते जिहड़े उहदे भाणे तो बाहर रहिंदे आ जिंदगी तां उहनां दी भी बसर हुंदी है पर सुख नहीं भाई जिंदगी का आनंद नहीं है खेड़ा खड़ाओ नहीं बनता वो तो एक टाइम टपाने वाला ही कर्म कह लिए आप इस करके साहबानी समझाया सानू आओ आप विस्तार ना जाइए रहमत करन साहब जी जो आरंभता तो पहले स्लोक तो कृपा कर दें आओ समझिए आप रहनाय रमाहे अनंत है कूड़िया बह जाए भाणे चले अपने बहुत ही लहे सजाए पासा कहते रायण आयर मैं अनंत है रायण आयर का भाव है संसार रूपी निरायण नीर भाव कि कहते हैं अमृत भाव पानी नीर कहा जाता है साहब कहते निरायण इस नारायण भाव के आ संसार समुद्र दे विच पासा कहते अनंत है जिसका कोई अंत नहीं पा सकता वह संसार समुद्र में ही रहा वाहिगुरु परमात्मा जिरा कोई पारा बार नहीं पा सकता पर पातशाह कहते हैं नारायण में अनंत है कूड़िया बह जाए पर कूड़ दे विच लगी हुई दुनिया भाई आवागमन के चक्कर विच तुरी फिरती है कूड़ झूठ दे विच लगी हुई जिन्हां ने सत की पछाण नहीं की जिन्हां ने समझा नहीं कि संसार विच ही वाहिगुरु वसदा जिहड़े कहिंदे रब थोड़ी देखदा वह वार्ता हो रहा जिहड़े कहिंदे भी आकाश विच बड़ी दूर बैठा रब ता तां वी देखी जाने आपां भी तां उत्ते बैठा तां परमात्मा उत्ते दा भाव तां इह हुंदा भी उह सिरमौर है सब तो उत्ते है इह नहीं भी तां ही है वह जरे जरे विच तिन्नां लोकां विच वसिया थले पताल है जिहड़ा उस बिच भी वाहिगुरु वसदा तां तिन भवनां दा मालिक कहा तां कहने आपां भी तिन्ने भाई तिन्ना यह आकाश पताल ते आ मात लोक विच वसिया होया जिहनूं आपां कहने जल थल महीअल पूरिया स्वामी ये वचन पढ़ जां साहिबां दे आपां पूर्ण तौर ते जल विच भी थल विच भी महीअल आकाश विच भी है जल थल महीअल पूरिया स्वामी सृजनहार ते नाल की कहिंदे आ पासा अनक भांत होए पसरिया अनेक भांतां विच है एक मूर्ति नहीं है उहदी कोई एक सरूप नहीं है भाव के सारिआं दे विच ही अनक भांत होए पसरिया नानक एक अंकार जिहड़ा एक ओंकार अकाल पुरख वाहिगुरु है पासा कहने भाई वो सारिया विच ही बड़े भांत करके पसरिया होया है पर है एक ही है ये याद रखिए ते पासा कहने भाई नारायण महे अनंत है कूड़ी आवै जाए पर कूड़ विच लगी हुई दुनिया आवागमन के चक्कर विच तुरी फिरदी है भाणे चले अपने जिहड़े अपनियां मर्जियां मन मर्जियां करदे फिरदे जिहड़े कहिंदे आ विठा अगला किहने डिठा जिहड़े कहिंदे मन नूं खुश करन लई भाई कुछ भी करदे जाई मन खुश होना चाहीदा कहिंदे पर मन इहों नहीं खुश हुंदा भाई दुनिया दीआं इह कह लईए भी दुनिया के पदार्थां नाल जां शौहरतां दे नाल इहों नहीं इह मन खुश हुंदा मन तां खुश उदों हुंदा जदों मालक दी कृपा हुंदी है नहीं तां दुनियावी खुशियां विच रहिंदा भी मन खुश नहीं हुंदा उदास ही तुरिया फिरदा बाहरी तौर पर असीं दिख बेशक मनाई जाने भी बड़ा खुश है फलाना से बड़ा खुश रहिंदा पर नहीं अंदरला मन किसी बिरले का ही खुश हुंदा है जे तां गुरु साहिब की रहमत हुंदी है इसे करके मालक ने यह कृपा कीती है सानू समझाया भी यह प्यारिया जिहड़ा मालक की रजा विच रहिंदा वह खुशियां लै जांदा है जिहड़ा भाणे चले अपने अपने भाणे विच चलदा पासा कहते बहुत ही लहे सजाए बहुत सजा पैंदी है सजावा इन पता नहीं केड़े केड़े प्रकार करके सानू लगियां पईआं ने सजावा भोगदे फिरदे आपां
इसे करके पातशाह रहमत करते समझाते भी है प्यारे आ गुरु के भाणी विच आ जाए, गुरु के हुक्म विच आ जा, गुरु की मर्यादा दे विच आ जा, ते मालिक रहमत करदा रहो विचार। पासा अगे कहंदे रहणैर मैं सब किस है करमी पल्लै पाए, नानक नौनद पाई है जे चलै तिसै रजाए। पासा कहंदे ए संसार समुंदर दे विच भाई सब किस है, रहणैर मैं सब किस है, सब कुछ है संसार दे विच ही है सारा कुछ। मेरे वाहिगुरु ने इतों तक साहबां ने तां वचन करते भी आ शरीर है जिहड़ा ना साडा शरीर आ देह साडी, इहदे विच मेरे मालिक ने सब कुछ रख दिता सब कुछ। वचन पढ़ते आपां पातशाह दे बड़ी वार पढ़े आपां वचने। पातशाह कहिंदे आ मेरे करते एक बणत बनाई, इस देही विच सब वत पाई, सब वत सब वस्तु आ शरीर दे विच पा छड्डी है मेरे वाहिगुरु ने। वेखो किदां दा खेल रचाया, इह खेल भी ऐसा रचाता सब कुछ पाया संसार दा। इह वस्त देह दे विच देहां भी इक्को ही मटीरियल जम लाया सारिआं नूं, ते पर नाल इह भी कहता बाणी विच साहिब ने मेरे करते इक खेल रचाया कोई ना किसी ही जेहा उपाया। आवी गल रखती मेरे बालक ने कहने एहजा खेल रचता कना दुनिया का, नाले दसता भी सारे कमिटी तो बनिया पंजे तत्त लाए हुए ने, ते नाले कोई किसी वर्गा भी नहीं। यह भी कहता कोई ना किसी ही जेहा उपाया, पर फर्क जिहड़ा रखिया मेरे वाहिगुरु ने वह ओही जानता है किहड़ा फर्क रखिया। बेशक अज खोजा हो गई पता लग गया, क्योंकि आ जो आधार कार्ड अपने बनते नंबर लड़ते हैं इन्हों जे अपने हाथों के अखा के फिंगरप्रिंट लाए जाते हैं, भाव जो ये कहिए सीधे तौर पर भी जो अपन हाथों दकीर ने अखा दिया ने किसी भी किसी नहीं मिलती। फर्क है कोई ना कोई फर्क मेरे वाहगुरु का यह रखिया हुआ। किन्ना समा पहला वेखो गुरु पातशाह ने कह दिता बाणी द्वारा, पर खोजी अज खोज कर करके दसदे है। पातशाह ने किन्ना समा पहला कहता भी कोई ना किसी ही जिहा अपाया, भी कोई किसी वर्गा नहीं भाई, पर है एक मिट्टी तो तैयार हुए हुए एक ही सारा इजम लाया, पर फर्क वेखो कैसा रखिया मेरे भाई। सुरह विचार इसे करके साहबा कहंदे आ इस संसार दे विच सब कुछ मेरे वाहिगुरु ने पाया हुआ है जो साड़ी समझ विच नहीं आ रहा, पर जे सतगुरु की कृपा हो जाए जे असी गौर करिए मालिक दे बचना ते ये भी किसे गौरी कीती हो भी की खोज कढ़ी भी बाबा कह के गया भी बाणी सच है भाई कोई झूठ नहीं, भी मेरे साहबा ने आख्या बई सारिआं विच कोई ना कोई फर्क रखिया होया, ते अगला खोज करने वाले ने खोज करके समझना कर लिया है भी हाँ भी आ फर्क है सारिआं च ओदा नहीं पता लगता। इसे करके मेरे साहब कहंदे है भी सब किस पाई संसार दे विच रणैर मैं सब किस है, पर पासा कहंदे करमी पल्ले पाए, कर्म दे द्वारा मेहनत दे द्वारा रहमत दे द्वारा बख्शिश द्वारा प्राप्ति हुंदी है। पासा कहंदे जे कोई मेहनत करता भाई ओदी मेहनत नू फल लग जाता मेरे वाहिगुरु वालों बख्शिश कर दिया साहिबा, करमी पल्ले पाए ते मालिक ने नानक नौनिद पाई है जे चले सतगुर भाई। साहिबा कहना जे कितने सतगुरु के भाणे बिच चले भाई जीव साडी जिंद साडा मन तां पासा कहने नौ निधियां रिधियां सिद्धियां सारियां प्राप्त हो जांदियां ने। निधियां सिद्धियां तां मालिक ने आखना कीता है रिद्ध सिद्ध नाबै की दासी, रिधियां सिद्धियां तां भाई नाम जपण वाले दियां दासरियां बन के सेवा करदियां। इसे करके आओ सतगुरु रहमत करन असीं इस सच्चे नाम नूं बाणी नूं समझणा करिए। ते दूसरे श्लोक विच साहिबा कृपा कर रहे ने सहज सतगुर ना सेवियो विच होमै जन्म विनाश, रसना हर रसना चखियो
कमल नावो प्रगास। पासा कहने सहजे सतगुरु ना सेवियो। कहने भाई जे सहज बिच प्यार दे बिच टकाओ बिच मालक दी सेवा बिच ना लग्या साडा मन ना गुरु का सिख लग्या। पासा कहने सहज बिच सेवा करनी है। सहज किनू कहंदे आ? टकाओ नू। टकाओ बिच सेवा करनी, समझ के सेवा करनी, ओनू सेवा कहा जाता है। अज बहुत आत गिणती है साडी भी असी मन हठ की सेवा बहुती करदे आ हठियां दे नाल जां भज दौर दे विच सेवा हो रही है साडी। पासा कहने सहज बिच। सहज किनू कहंदे आ? टकाओ नू। भी टैक के भाई प्यार बिच सेवा करन सतगुरु की सेवा, क्योंकि पातशाह कहते हैं सतगुर की सेवा सफल है, सफलता मिलती है जरूर। ये पातशाह ने कहता पर नाल कहते हैं जे को करे चित लाए। चित ला के, चित का भाव की है भी समझ के भी जिथे भाई लोड़ है उत्थे सेवा करनी। ਉਹਨੂੰ ਕਹਿੰਦੇ ਆ ਵੀ ਚਿੱਤ ਨਾਲ ਕਰਦਾ ਭਾਈ। ਚਿੱਤ ਦਾ ਭਾਵ ਕਹਿੰਦੇ ਆ ਸਮਝਣਾ। ਇੱਕ ਹੁੰਦਾ ਬੇਸਮਝੀ ਵਿੱਚ ਕੰਮ ਕਰਨਾ, ਇੱਕ ਸਮਝ ਕੇ। ਸਮਝ ਕੇ ਵਾਲੇ ਦਾ ਆਨੰਦ ਆਉਂਦਾ ਹੈ ਅਤੇ ਬੇਸਮਝ ਵਾਲੇ ਦਾ ਸਭ ਨੂੰ ਪਤਾ ਆਪਾਂ ਨੂੰ ਵੀ ਕੈਸਾ ਹੁੰਦੀ ਹੈ ਸੇਵਾ। ਇਸੇ ਕਰਕੇ ਮਾਲਕ ਨੇ ਰਹਿਮਤਾਂ ਕੀਤੀਆਂ ਨੇ ਬਾਣੀ ਦੁਆਰਾ ਸਾਨੂੰ ਵੀ ਗੁਰਸਿੱਖਾ ਬਾਣੀ ਦੇ ਦੁਆਰਾ ਚੱਲੇਗਾ, ਕੋਈ ਘਾਟਾ ਨਹੀਂ ਆਵੇਗਾ। ਪਾਤਸ਼ਾਹ ਕਹਿੰਦੇ ਨੇ ਸਹਿਜ ਸਤਿਗੁਰ ਨਾ ਸੇਵਿਓ। ਜਿਨ੍ਹਾਂ ਨੇ ਸਹਿਜ ਵਿੱਚ ਨਾ ਸੇਵਿਆ ਵਿੱਚ ਹਉਮੈ ਜਨਮ ਵਿਨਾਸ਼। ਉਹਨਾਂ ਦਾ ਹਉਮੈ ਹੰਕਾਰ ਵਿੱਚ ਹੀ ਜਨਮ ਵਿਨਾਸ਼ ਹੋ ਜਾਂਦਾ, ਖਤਮ ਹੋ ਜਾਂਦਾ। ਪਾਤਸ਼ਾਹ ਕੀ ਕਹਿੰਦੇ? ਰਸਨਾ ਹਰ ਰਸਨਾ ਚੱਖਿਓ। ਆ ਰਸਨਾ ਨਾਲ ਜਿਹਨੇ ਨਾਮ ਦਾ ਰਸਨਾ ਲਿਆ, ਪਾਤਸ਼ਾਹ ਕਹਿੰਦੇ ਨੇ ਕਮਲ ਨਾ ਹੋਇਓ ਪਰਗਾਸ। ਕਮਲ ਦਾ ਭਾਵ ਕੌਲ ਫਿਲ, ਜਿਹੜਾ ਸਾਡਾ ਹਿਰਦੇ ਰੂਪੀ ਹੈ। ਇੱਥੇ ਫਿਰ ਪ੍ਰਕਾਸ਼ ਨਹੀਂ ਹੁੰਦਾ, ਅੰਦਰ ਹਨੇਰੇ ਵਿੱਚ ਹੀ ਬੰਦਾ ਰਹਿ ਜਾਂਦਾ, ਵਹਿਮਾ ਭਰਮਾ ਵਿੱਚ ਤੁਰਿਆ ਫਿਰਦਾ, ਜਿਹਨੇ ਨਾਮ ਦਾ ਰਸ ਨਹੀਂ ਲਿਆ। ਰਸ ਦਾ ਭਾਵ ਕੀ ਹੈ? ਆਹ ਰਸ ਆ ਜਿਹੜੀ ਵਿਚਾਰਧਾਰਾ ਬਾਣੀ ਦੀ, ਵੀ ਜਿਹਨਾਂ ਨੇ ਵਿਚਾਰ ਹੀ ਨਹੀਂ ਸਮਝੀ। ਪੜ੍ਹਦੇ ਭਾਵੇਂ ਸਾਰੀ ਜ਼ਿੰਦਗੀ ਲੰਘ ਗਈ ਸਾਡੀ, ਠੀਕ ਹੈ, ਪੜ੍ਹਨਾ ਜ਼ਰੂਰ ਚਾਹੀਦਾ, ਪੜ੍ਹਨ ਤੋਂ ਹੀ ਸ਼ੁਰੂਆਤ ਹੁੰਦੀ ਹੈ, ਪਰ ਅੱਗੇ ਸਮਝਣਾ ਵੀ ਚਾਹੀਦਾ। ਮਾਲਕ ਨੇ ਆਖਣਾ ਕੀਤਾ ਵੀ ਗੁਰਸਿੱਖਾ ਗੁਰੂ ਨਾਨਕ ਦੇ ਘਰ ਨੂੰ ਸਕੂਲ ਸਮਝੀ ਆਪਣਾ, ਸਕੂਲ ਵਿੱਚੋਂ ਇੱਥੋਂ ਅਸੂਲ ਸਿੱਖੀ ਜ਼ਿੰਦਗੀ ਦੇ। ਇੱਥੇ ਜਿਵੇਂ ਦੁਨਿਆਵੀ ਆਪਾਂ ਪੜ੍ਹਾਈ ਪੜ੍ਹਦੇ ਹਾਂ ਭਾਈ, ਸਟੈਪ ਬਾਈ ਸਟੈਪ ਅੱਗੇ ਅੱਗੇ ਨੂੰ ਜਾਂਦੇ ਹਾਂ ਨਾ ਆਪਾਂ, ਪਹਿਲੀ ਕਲਾਸ 'ਚੋਂ ਦੂਜੀ 'ਚ, ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਗਾਂਗਾ। ਇਉਂ ਹੀ ਮਾਲਕ ਨੇ ਆਖਣਾ ਕੀਤਾ ਅਗਾਹਾਂ ਕੋ ਤਰਾਗ, ਗੁਰਸਿੱਖਾ ਅੱਗੇ ਨੂੰ ਚੱਲ ਭਾਈ, ਭਾਵ ਕਿ ਅੱਗੇ ਅੱਗੇ ਨੂੰ ਸਮਝਦਾ ਜਾ, ਪਿੱਛੇ ਫੇਰ ਨਾ ਮੁਹਡ ਡਡਾ, ਕਹਿੰਦੇ ਪਿੱਛੇ ਨੂੰ ਨਾ ਮੁੜ, ਫਿਰ ਅੱਗੇ ਨੂੰ ਚੱਲ, ਗਿਆਨ ਵਿੱਚ ਵੀ ਅੱਗੇ ਨੂੰ ਚੱਲ। ਪਾਤਸ਼ਾਹ ਕਹਿੰਦੇ ਸੇਵਾ ਵਿੱਚ ਵੀ ਅੱਗੇ ਨੂੰ ਚੱਲ, ਸਫਲਤਾ ਵਿੱਚ ਅੱਗੇ ਨੂੰ ਚੱਲ, ਅੱਗੇ ਅੱਗੇ ਜਾਣਾ। ਇੱਥੇ ਗੁਰੂ ਨਾਨਕ ਦੇ ਘਰ 'ਤੇ ਅਸੀਂ ਸਿੱਖਿਆ ਲੈ ਕੇ ਅਗਾਂਹ ਅਗਾਂਹ ਜਾਈ ਜਾਣਾ, ਕਿਉਂਕਿ ਗੁਰੂ ਨਾਨਕ ਦਾ ਸਕੂਲ ਹੈ, ਇੱਥੇ ਸੱਚਾਈ ਅਸੂਲ ਹੈ। ਗੁਰੂ ਨਾਨਕ ਦੇ ਘਰ 'ਤੇ ਅਸੀਂ ਆਉਣਾ ਸਿੱਖਿਆ ਲੈਣ ਲਈ ਆਉਣਾ। ਦੁਨਿਆਵੀ ਸਕੂਲਾਂ ਦੇ ਵਿੱਚ ਲਿਖਿਆ ਹੁੰਦਾ ਨਾ, ਜੋ ਜਾਂਦੇ ਆ ਇੱਕ ਬੰਨੇ ਕੌੜੇ 'ਤੇ ਲਿਖਿਆ ਹੁੰਦਾ ਸਿੱਖਿਆ ਲਈ ਆਓ, ਦੂਜੇ ਬੰਨੇ ਪੜ੍ਹਦੇ ਆਪਾਂ ਸੇਵਾ ਲਈ ਜਾਓ, ਵੀ ਸੇਵਾ ਲਈ ਵੀ ਜਾਣਾ, ਕਿਉਂਕਿ ਉੱਥੇ ਤਾਂ ਪੜ੍ਹਨ ਲਈ ਜਾਂਦੇ ਹਾਂ, ਉੱਥੇ ਕੋਈ ਸੇਵਾ ਨਹੀਂ। ਉੱਥੇ ਤਾਂ ਠੀਕ ਹੈ, ਮਾੜਾ ਮੋਟਾ ਕੰਮ ਕਰ, ਵਿਦਿਆਰਥੀ ਕਰਦੇ, ਵੈਸੇ ਰੱਖੇ ਹੀ ਹੁੰਦੇ ਕੰਮਾਂ ਕਰਦਿਆਂ ਵਾਲੇ, ਕਿਉਂਕਿ ਸੇਵਾ ਤਾਂ ਇਹਦਾ ਭਾਵ ਕੀ ਹੈ? ਸੇਵਾ ਲਈ ਜਾਣਾ ਕਿੱਥੇ ਹੈ? ਵੀ ਉੱਥੋਂ ਸਿੱਖਿਆ ਲੈ ਕੇ ਅੱਗੇ ਫਿਰ ਦੁਨੀਆਂ ਦੇ ਵਿੱਚ ਸਵਾਬਾਂ ਇੰਨੇ ਸਾਰੀਆਂ, ਜੇ ਅਸੀਂ ਫਰਜ਼ ਸੰਭਾਲਦੇ ਹੋਏ ਸਹੀ ਤਰੀਕੇ ਨਾਲ ਕਾਰੋ ਵਿਹਾਰ ਨੌਕਰੀਆਂ ਚਾਕਰੀਆਂ ਕਰੀਏ, ਪਰ ਜੇ ਰਿਸ਼ਵਤਾਂ ਵੱਡੀਆਂ ਵਿੱਚ ਹੀ ਪੈਣਾ, ਉਹਨੂੰ ਕੋਈ ਸੇਵਾ ਨਹੀਂ ਮੰਨਿਆ ਜਾਂਦਾ, ਉਹਨੂੰ ਪੜ੍ਹਿਆ ਲਿਖਿਆ ਵੀ ਨਹੀਂ ਗੁਰੂ ਪਾਤਸ਼ਾਹ ਤਾਂ ਮੰਨਦੇ। ਪਾਤਸ਼ਾਹ ਨੇ ਬਾਣੀ ਵਿੱਚ ਆਖਣਾ ਕੀਤਾ ਸਾਹਿਬ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਕਹਿੰਦੇ ਵਿਦਿਆ ਦਾ ਵਿਚਾਰਵਾਨ ਤਾਂ ਮੰਨਿਆ ਜਾਂਦਾ ਤਾਂ ਜੇ ਪਰਉਪਕਾਰ ਹੈ ਅੰਦਰ, ਬਈ ਹਰ ਇੱਕ ਦਾ ਭਲੇ ਕਰਨ ਦਾ ਲੋਚਨਾ ਹੈ ਅੰਦਰ, ਸਾਡੀ ਚਾਹਨਾ ਹੈ ਬਈ ਮੇਰੇ ਕੋਲ ਭਾਈ ਵਿਦਿਆ ਆਈ ਹੈ, ਵਿਦਿਆ ਨਾਲ ਮੈਨੂੰ ਕੋਈ ਅਹੁਦਾ ਮਿਲਿਆ, ਕੋਈ ਅਵਸਰ ਬਣਿਆ, ਕਿਸੇ ਮੁਕਾਮ 'ਤੇ ਪਹੁੰਚਿਆ, ਅਤੇ ਉੱਥੇ ਬੈਠ ਕੇ ਫਿਰ ਆਪਣਾ ਸਹੀ ਢੰਗ ਤਰੀਕੇ ਨਾਲ ਫਰਜ਼ ਅਦਾ ਕਰਨਾ,
ਉਹਨੂੰ ਕਹਿੰਦੇ ਆ ਪਰਉਪਕਾਰ, ਲੋਕਾਂ ਦਾ ਭਲਾ ਕਰਨਾ। ਅਤੇ ਜੇਕਰ ਆਪਣੇ ਆਪ 'ਤੇ ਰਹਿ ਗਏ, ਬਸ ਵੀ ਭਾਈ ਅਸੀਂ ਕਮਾਈ ਕਰਨੀ ਹੈ, ਪੈਸਾ ਧੇਲਾ ਇਕੱਠਾ ਕਰਨਾ, ਉਹਨੂੰ ਮਾਲਕ ਨੇ ਆਖਣਾ ਕੀਤਾ, ਪੜ੍ਹਿਆ ਮੂਰਖ ਆਖੀ ਹੈ। ਕਹਿੰਦੇ ਪੜ੍ਹਿਆ ਹੋਇਆ ਭਾਈ ਉਹ ਮੂਰਖ ਹੈ, ਪੜ੍ਹਿਆ ਹੋਇਆ ਮੂਰਖ। ਪਾਤਸ਼ਾਹ ਕਹਿੰਦੇ ਕਿਹੜਾ, ਜਿਸ ਲੱਭ ਲੋਭ ਹੰਕਾਰ, ਜਿਹਨੂੰ ਬਸ ਲੱਭ ਲਾਲਚੀ ਹੈ, ਜਿਹੜਾ ਲੋਭ ਦੇ ਵਿੱਚ ਹੀ ਪਿਆ ਹੋਇਆ, ਜਿਹੜਾ ਹੰਕਾਰੀ ਬਣਿਆ ਹੋਇਆ, ਆਪਣੀ ਵਿੱਦਿਆ ਦਾ ਹੀ ਹੰਕਾਰ ਵੜਿਆ ਨੂੰ ਸਾਡੇ ਵਰਗਾ ਹੋ ਜਾਂਦਾ ਹੈ ਵੀ ਮੈਂ ਤਾਂ ਬਹੁਤ ਪੜ੍ਹਿਆ ਹੋਇਆ, ਮੈਨੂੰ ਕੌਣ ਸਮਝਾ ਲਏਗਾ, ਮੈਂ ਕਿਹਦੇ ਲੈਣ ਦਾ, ਇਹ ਨਹੀਂ। ਇਸੇ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਆ ਜਿਹਨੂੰ ਹੰਕਾਰ ਹੋ ਗਿਆ ਭਾਈ, ਹੰਕਾਰੀ ਜਿਹੜਾ ਲੱਭ ਲੋਭ ਵਿੱਚ ਹੀ ਹੋ ਗਿਆ, ਉਹ ਤਾਂ ਪੜ੍ਹਿਆ ਹੋਇਆ ਮੂਰਖ ਹੈ। ਅਨਪੜ੍ਹਾਂ ਨੂੰ ਤਾਂ ਕਹੀ ਜਾਂਦੀ ਆ ਦੁਨੀਆਂ ਵੀ ਅਨਪੜ੍ਹ ਮੂਰਖ ਗਵਾਰ ਹੁੰਦੇ ਆ ਜੀ, ਪਰ ਬਾਬੇ ਤੋਂ ਪੁੱਛੀਏ ਆਪਾਂ, ਬਾਬਾ ਕਹਿੰਦਾ ਪੜ੍ਹੇ ਹੋਏ ਬੜੇ ਮੂਰਖ ਨੇ, ਜਿਨ੍ਹਾਂ ਨੂੰ ਲੱਭ ਲੋਭ ਹੰਕਾਰ ਹੈ ਆਪਣੇ ਆਪ ਦੇ। ਇਸੇ ਕਰਕੇ ਸਾਹਿਬਾ ਕਹਿੰਦੇ ਆ ਪੜ੍ਹਿਆ ਉਹ ਹੈ, ਵਿਦਿਆ ਦਾ ਵਿਚਾਰਵਾਨ ਉਹ ਹੈ ਜਿਹਨੇ ਭਾਈ ਪਰਉਪਕਾਰ ਕਰਨਾ ਸਿੱਖ ਲਿਆ, ਭਲਾ ਕਰਨਾ ਸਿੱਖ ਲਿਆ। ਇਸੇ ਤਰ੍ਹਾਂ ਹੀ ਮਾਲਕ ਕਹਿੰਦੇ ਆ ਗੁਰੂ ਨਾਨਕ ਦੇ ਸਕੂਲ ਵਿੱਚ ਆ ਭਾਈ ਇੱਥੇ ਕੀ ਕਰਨ ਲਈ ਆਉਣਾ, ਸਿੱਖਿਆ ਲਈ ਆਉਣਾ ਹੈ, ਸਮਝਣ ਲਈ ਆਉਣਾ ਹੈ। ਮਾਲਕ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਕ ਦੁਆਰੇ ਧੋਏ ਹੱਸਾ ਹੋਏ ਸੀ। ਇਸ ਦੁਆਰੇ 'ਤੇ ਆ ਕੇ ਕੀ ਧੋਣਾ, ਆਪਣੀ ਮਤ ਨੂੰ ਧੋਣਾ, ਆਪਣੇ ਮਨ ਨੂੰ ਧੋਣਾ, ਆਪਣੀ ਜਿੰਦ ਨੂੰ ਧੋਣਾ। ਇਸੇ ਕਰਕੇ ਮਾਲਕ ਨੇ ਆਖਣਾ ਕੀਤਾ ਹੈ ਪਿਆਰਿਆ, ਇਸ ਰਸਨਾ ਦੇ ਨਾਲ ਜਪ ਕੇ ਪੜ੍ਹ ਕੇ ਨਾਮ ਰਸ ਨੂੰ ਚੱਖਣਾ ਕਰ। ਚੱਖਣ ਦਾ ਭਾਵ ਕੀ ਹੈ ਵੀ ਸਿੱਖਿਆ ਨੂੰ ਅੰਦਰ ਹਿਰਦੇ ਵਿੱਚ ਵਸਾਉਣਾ, ਗੁਰੂ ਕੀ ਵਿਚਾਰਧਾਰਾ ਨੂੰ ਸਮਝ ਲੈਣਾ। ਇਸੇ ਕਰਕੇ ਸਾਹਿਬ ਨੇ ਆਖਣਾ ਕੀਤਾ ਵੀ ਜਿਨ੍ਹਾਂ ਨੇ ਨਹੀਂ ਸਮਝਿਆ ਭਾਈ, ਉਹ ਅੰਦਰੋਂ ਉਹ ਵੀ ਰਹਿ ਗਏ ਅੰਧ ਧੁੰਦ ਵਿੱਚ, ਵਿਸੇ ਵਿਕਾਰਾਂ 'ਚ, ਵਹਿਮਾਂ ਭਰਮਾਂ 'ਚ, ਕਰਮਾਂ ਕਾਂਡਾਂ 'ਚ। ਪਾਤਸ਼ਾਹ ਕਹਿੰਦੇ ਰਸਨਾ ਹਰ ਰਸਨਾ ਚੱਖਿਓ, ਕਮਲ ਨਾ ਹੋਇਓ ਪ੍ਰਗਾਸ। ਅੱਗੇ ਸਾਹਿਬਾ ਕਹਿੰਦਾ ਬਿਖ ਖਾਦੀ ਮਨ ਮੁਖ ਮੂਆ, ਮਾਇਆ ਮੋਹੇ ਬਿਨਾਸ, ਇੱਕ ਸਰ ਕੇ ਨਾਮ ਬਿਨਾ ਤ੍ਰਿਗ ਜੀਵਨ ਤ੍ਰਿਗ ਵਾਸ। ਬਿਖ ਖਾਦੀ ਮਨ ਮੁਖ ਮੂਆ, ਪਾਤਸ਼ਾਹ ਕਹਿੰਦੇ ਬਸ ਜ਼ਹਿਰ ਖਾ ਕੇ ਮਨ ਮੁਖ ਤਾਂ ਖਤਮ ਹੋ ਜਾਂਦੇ ਆ। ਜ਼ਹਿਰ ਕਿਹੜੀ ਹੈ? ਜ਼ਹਿਰ ਗੁਰੂ ਪਿਆਰਿਓ ਸੱਤ ਨੂੰ ਛੱਡ ਕੇ ਝੂਠ ਨੂੰ ਜ਼ਹਿਰ ਹੀ ਕਿਹਾ ਜਾਂਦਾ ਹੈ। ਜਿਹੜੀ ਵਸਤੂ ਸਰੀਰ ਵਿੱਚ ਜਾ ਕੇ ਨੁਕਸਾਨ ਕਰੇ ਉਹਨੂੰ ਜ਼ਹਿਰ ਕਿਹਾ ਜਾਂਦਾ। ਜ਼ਹਿਰ ਜਿਹੜਾ ਭਾਈ ਰਿਸ਼ਵਤਾਂ ਲੈਂਦਾ ਉਹ ਰਿਸ਼ਵਤ ਵੀ ਜ਼ਹਿਰ ਹੈ, ਵੱਡੀ ਜ਼ਹਿਰ ਹੈ, ਹੱਕ ਕਿਸੇ ਦਾ ਵੀ ਹੈ ਉਹ ਜ਼ਹਿਰ ਸਮਾਨ ਹੈ। ਜ਼ਹਿਰ ਮੈਲ ਵੀ ਕਿਹਾ ਜਾਂਦਾ ਵੀ ਕਿਸੇ ਦੇ ਹੱਕ ਖਾਣਾ ਉਹਨੂੰ ਕਹਿੰਦੇ ਵੀ ਮੈਲ ਖਾਣਾ, ਕਿਉਂਕਿ ਮਾਲਕ ਨੇ ਆਖਣਾ ਕੀਤਾ ਹੈ ਕਾਦੀ ਕੂੜ ਬੋਲ ਮਲ ਖਾਈ। ਮਲ ਮਲ ਦਾ ਭਾਵ ਕੀ ਹੈ? ਮੈਲ। ਕਹਿੰਦੇ ਜਿਹੜਾ ਝੂਠ ਬੋਲ ਕੇ ਭਾਈ, ਝੂਠ ਕਾਹਦੇ ਲਈ? ਰਿਸ਼ਵਤ ਲਈ ਬੋਲਿਆ ਜਾਂਦਾ ਹੈ। ਹੁਣ ਕਾਜੀ ਕਿਹਾ, ਕਾਜੀ ਜੀ ਗੁਰੂ ਪਿਆਰਿਓ ਸਤਿਕਾਰ ਤੈ ਇਸਲਾਮ ਧਰਮ ਦੇ ਵਿੱਚ ਸਤਿਕਾਰ ਸਤਿਕਾਰਯੋਗ ਨੇ, ਪਰ ਅੱਜ ਦਾ ਸਮਾਂ ਜਿਹੜਾ ਅੱਜ ਜੱਜ ਸਾਹਿਬਾਨਾਂ ਕੋਲ ਜੋ ਅਥਾਰਟੀ ਹੈ, ਜੋ ਅਹੁਦਾ ਹੈ, ਜੋ ਫਰਮਾਨ ਲਾਉਂਦੇ ਨੇ, ਫਤਵੇ ਲਾਉਂਦੇ ਨੇ, ਉਹਨਾਂ ਸਮਿਆਂ ਵਿੱਚ ਪੁਰਾਤਨ ਸਮੇਂ ਗੁਰੂ ਸਾਹਿਬ ਦੇ ਸਮਾਨ ਸਮਕਾਲ ਉਸ ਸਮੇਂ ਇਹ ਅਹੁਦਾ ਕਾਜੀ ਜੀਆਂ ਕੋਲ ਹੁੰਦਾ ਸੀ, ਕਿਉਂਕਿ ਇਸਲਾਮੀ ਰਾਜ ਸੀ ਉਦੋਂ। ਉਦੋਂ ਗੁਰੂ ਕਹਿ ਰਹੇ ਹੋ ਫਤਵਾ ਲੱਗਦਾ ਤੇ ਪੁੱਛਿਆ ਜਾਂਦਾ ਸੀ ਵੀ ਕਾਜੀ ਜੀ ਇਹਨੇ ਆਹ ਗੁਨਾਹ ਕੀਤਾ, ਇਹ ਮੁਰਜਮ ਹੈ, ਤੇ ਇਹਦੇ ਲਈ ਕੀ ਫਤਵਾ ਤੁਹਾਡਾ, ਕੀ ਇਹਦੇ ਲਈ ਸਜ਼ਾ ਕੀ ਹੈ? ਕਾਜੀ ਜੀ ਤੈਅ ਕਰਿਆ ਕਰਦੇ ਸੀ ਵੇਖ ਕਰਕੇ ਧਰਮ ਮੁਤਾਲਕ। ਪਰ ਗੁਰੂ ਪਿਆਰਿਓ ਇਹ ਘਾਟਾਂ ਆ ਗਈਆਂ, ਕਾਜੀ ਜੀ ਵੀ ਵਿੱਚ ਐਸੇ ਹੋ ਗਏ ਜਿਹੜੇ ਲਾਲਸਾ ਵਸ ਪੈ ਗਏ। ਉਹਨਾਂ ਨੇ ਵੀ ਫਿਰ ਫਤਵੇ ਝੂਠੇ ਲਾ ਲੈਣੇ, ਲੈ ਦੇ ਕਰਕੇ, ਰਿਸ਼ਵਤ ਲੈ ਕੇ, ਪੈਸਾ ਆਦਿ ਲੈ ਕੇ। ਤੇ ਪਾਤਸ਼ਾਹ ਨੇ ਕਹਿ ਦਿੱਤਾ ਭਾਈ ਜਿਹੜਾ ਝੂਠ ਬੋਲ ਕੇ ਫਤਵੇ ਲਾਉਂਦਾ ਹੈ ਨਾ, ਉਹ ਤਾਂ ਦੁਨੀਆਂ ਦੀ ਮੈਲ ਖਾ ਰਿਹਾ, ਮੈਲ ਕੂੜ ਖਾ ਰਿਹਾ ਹੈ। ਇਸੇ ਕਰਕੇ ਪਾਤਸ਼ਾਹ ਨੇ ਆਖਣਾ ਕੀਤਾ ਕਾਜੀ ਕੂੜ ਬੋਲ ਮਲ ਖਾਏ, ਵੀ ਮੈਲ ਖਾ ਰਿਹਾ। ਤੇ ਅੱਜ ਸਾਨੂੰ ਕਹਿ ਲਿਆ ਪਾਤਸ਼ਾਹ ਜੀ ਅਸੀਂ ਝੂਠ ਬੋਲ ਕੇ ਆਹ ਕੁਝ ਕਰਦੇ ਹਾਂ,
ਅਸੀਂ ਪੈਸੇ ਧੇਲੇ ਲਈ ਜੇ ਕਿਸੇ ਵਸਤੂ ਪਦਾਰਥ ਲਈ ਝੂਠ ਬੋਲਦੇ ਹਾਂ ਨਾ ਤਾਂ ਫਿਰ ਅਸੀਂ ਵੀ ਕਿਸੇ ਦੀ ਮੈਲ ਖਾ ਰਹੇ। ਇਸੇ ਕਰਕੇ ਮੇਰੇ ਮਾਲਕ ਨੇ ਆਖਣਾ ਕੀਤਾ ਵੀ ਗੁਰਸਿੱਖਾ ਐ ਬ੍ਰਹਿਮਣ ਜੀ, ਐ ਹਿੰਦੂ ਵੀਰਾਂ ਨੂੰ ਵੀ ਮੁਸਲਿਮ ਵੀਰਾਂ ਨੂੰ ਵੀ ਆਖਣਾ ਕੀਤਾ ਮੇਰੇ ਵਾਹਿਗੁਰੂ ਨੇ। ਸਾਹਿਬਾ ਕਹਿੰਦਾ ਪਿਆਰਿਓ ਐ ਸਿੱਖੋ ਤੇ ਭਾਈ ਬ੍ਰਹਿਮਣ ਜੀ ਪੰਡਿਤ ਜੀ, ਤੁਹਾਡੇ ਗੁਰੂ ਤਾਂ ਹਾਮੀ ਭਰਨਗੇ ਜੇ ਕਿਸੇ ਦਾ ਹੱਕ ਨਹੀਂ ਖਾਓਗੇ। ਮੁਸਲਿਮ ਵੀਰਾਂ ਨੂੰ ਆਖਣਾ ਕੀਤਾ ਐ ਪਿਆਰਿਓ ਤੁਹਾਡੇ ਪੀਰ ਤਾਂ ਹਾਮੀ ਭਰਨਗੇ ਜੇ ਤੁਸੀਂ ਕਿਸੇ ਦਾ ਹੱਕ ਨਾ ਖਾਓਗੇ, ਕਿਉਂਕਿ ਆਖਣਾ ਕੀਤਾ ਹੈ ਪਾਤਸ਼ਾਹ ਨੇ ਬਾਣੀ ਦੇ ਵਿੱਚ ਹੱਕ ਪਰਾਇਆ ਨਾਨਕਾ। ਉਸ ਸੂਅਰ ਉਸ ਗਾਏ ਭਾਵ ਕੀ ਹਿੰਦੂ ਵੀਰ ਗਾਂ ਦਾ ਸਤਿਕਾਰ ਕਰਦੇ ਆ, ਕਿਹਾ ਜਾਂਦਾ ਗਊ ਮਾਤਾ ਪੂਜਾ ਹੁੰਦੀ ਹੈ। ਤੇ ਗੁਰੂ ਪਿਆਰਿਓ ਇਸਲਾਮ ਵੀਰ ਭਾਵ ਮੁਸਲਿਮ ਵੀਰ ਉਹ ਭਾਈ ਸੂਰ ਤੋਂ ਘਿਰਨਾ ਦੀ ਗੱਲ ਕੀਤੀ ਜਾਂਦੀ ਹੈ। ਪਾਤਸ਼ਾਹ ਕਹਿੰਦੇ ਨੇ ਜਿਹੜਾ ਭਾਈ ਝੂਠ ਬੋਲਦਾ ਹੈ, ਰਿਸ਼ਵਤਾਂ ਲੈਂਦਾ ਹੈ, ਕਿਸੇ ਦਾ ਹੱਕ ਲੈਂਦਾ, ਖੋ ਰਿਹਾ ਹੱਕ, ਉਹਦੇ ਲਈ ਜੇ ਹਿੰਦੂ ਵੀਰ ਗਾਂ ਦਾ ਮਾਸ ਖਾਣ ਦੇ ਬਰਾਬਰ ਆ ਉਹਦੇ ਲਈ, ਇਹ ਪਾਤਸ਼ਾਹ ਗੁਰੂ ਸਾਹਿਬ ਨੇ ਆਖਿਆ। ਜੇ ਮੁਸਲਿਮ ਵੀਰ ਇਹ ਕਰਮ ਕਰਦਾ ਹੈ ਤਾਂ ਉਹਦੇ ਲਈ ਸੂਰ ਦੇ ਮਾਸ ਖਾਣ ਦੇ ਬਰਾਬਰ ਹੈ। ਪਾਤਸ਼ਾਹ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਪਾਤਸ਼ਾਹ ਕਹਿੰਦੇ ਗੁਰ ਆ ਹਿੰਦੂ ਵੀਰ ਆ ਸਿੱਖਾ ਗੁਰੂ ਤਾਂ ਹੀ ਭਰੂ, ਗੁਰ ਪੀਰ ਆ ਮੁਸਲਿਮ ਵੀਰ ਪੀਰ ਤੇਰਾ ਤਾਂ ਹਾਮੀ ਭਰੇਗਾ। ਪਾਤਸ਼ਾਹ ਕਹਿੰਦੇ ਨੇ ਯਾ ਮੁਰਦਾਰ ਨਾ ਖਾਏ, ਜੇ ਤੂੰ ਮੁਰਦਾ ਨਾ ਖਾ। ਮੁਰਦਾਰ ਦਾ ਭਾਅ ਹੁੰਦਾ ਕਿਸੇ ਦੀ ਮਾਰ ਮਾਰੀ ਹੋਈ। ਆਪਾਂ ਕਹਿੰਦੇ ਫਲਾਣੇ ਨੇ ਇੰਨੀਆਂ ਮਾਰਾਂ ਮਾਰ ਲਈਆਂ, ਬਈ ਐਡੇ ਰੁਤਬੇ ਹਾਸਲ ਕਰ ਲਈ, ਮੱਲਾਂ ਮਾਰ ਲਈਆਂ ਨੇ ਮਿਹਨਤਾਂ ਕਰ ਕਰਕੇ, ਪਰ ਮੱਲਾਂ ਕਿਸੇ ਨੇ ਮਾਰੀਆਂ ਤੇ ਹੱਕ ਕੋਈ ਖਾਂਦਾ ਫਿਰੇ, ਮਿਹਨਤ ਕੋਈ ਕਰਦਾ ਤੇ ਗੁਰੂ ਪਿਆਰਿਓ ਐਸਾ ਕੋਈ ਕਰਦਾ ਫਿਰੇ। ਪਰ ਪਾਤਸ਼ਾਹ ਕੀ ਕਹਿੰਦੇ ਹੈ ਵੀ ਆਹ ਕੁਛ ਹੈ ਭਾਈ ਕੂੜੀ ਖਾ ਰਹੇ ਨੇ। ਤਾਂ ਤੇ ਆਓ ਸਾਹਿਬਾਂ ਦੇ ਬਚਨਾਂ ਨੂੰ ਸਮਝੀਏ। ਪਾਤਸ਼ਾਹ ਕਹਿੰਦੇ ਜਿਹੜੇ ਐਸੇ ਖਾਣੇ ਖਾਂਦੇ ਆ ਬਿੱਖ ਖਾਧੀ ਉਹਨਾਂ ਦਾ ਜ਼ਹਿਰ ਖਾਣ ਦੇ ਬਰਾਬਰ ਹੈ। ਮਨਮੁੱਖ ਮੂਆ ਖਾਂਦੇ ਕੌਣ ਨੇ? ਮਨਮੁੱਖ ਨੇ ਜਿਹੜੇ। ਪਾਤਸ਼ਾਹ ਕਹਿੰਦੇ ਉਹਨਾਂ ਦਾ ਜਿਉਂਦੇ ਹੀ ਮਰਨਾ ਹੁੰਦਾ, ਜੀਵਤ ਤੁਰੇ ਫਿਰਦੇ ਪਰ ਜ਼ਮੀਰ ਕਰਕੇ ਖਤਮ ਕਹਾਣੀ ਹੈ। ਗੁਰੂ ਬਾਬਾ ਕਹਿੰਦੇ ਮਾਇਆ ਮੋਹੇ ਬਣਾਸ, ਉਹਨਾਂ ਦਾ ਵਿੱਚ ਇੱਕ ਮਾਇਆ ਦੇ ਵਿੱਚ ਹੀ ਮੋਹ ਦੇ ਵਿੱਚ ਹੀ ਬਣਾਸ ਹੋ ਜਾਂਦਾ, ਖਾਤਮਾ ਹੋ ਜਾਂਦਾ। ਤੇ ਇਸੇ ਕਰਕੇ ਪਾਤਸ਼ਾਹ ਕਹਿੰਦੇ ਇੱਕ ਸਰ ਕੇ ਨਾਮ ਬਿਨਾ, ਇੱਕ ਸੱਚੇ ਨਾਮ ਤੋਂ ਬਿਨਾ ਪਾਤਸ਼ਾਹ ਕਹਿੰਦੇ ਨੇ ਤ੍ਰਿਗ ਜੀਵਨ ਤ੍ਰਿਗ ਵਾਸ, ਉਹਨਾਂ ਦਾ ਤ੍ਰਿਕਾਰ ਯੋਗ ਜਿਉਣਾ ਹੈ, ਉਹਨਾਂ ਦੇ ਦੁਨੀਆਂ ਤੇ ਵਸਣਾ ਕਨਾ ਲਾਣਤਾ ਦੇ ਯੋਗ ਹੈ। ਪਾਤਸ਼ਾਹ ਕਹਿੰਦੇ ਆ, ਮੇਰੇ ਸਾਹਿਬਾ ਕਹਿੰਦੇ ਨੇ ਤ੍ਰਿਕਾਰ ਹੈ। ਤ੍ਰਿਕਾਰ ਕਿਹਨੂੰ ਕਹਿੰਦੇ ਆ? ਜਿਵੇਂ ਗੁਰੂ ਪਿਆਰਿਓ ਆਪ ਕਿਹਾ ਜਾਂਦਾ ਕਹਿੰਦਾ ਵੀ ਤੇਰੇ ਫਿੱਟੇ ਮੂੰਹ ਐਸੇ ਦੇ, ਕਿਹਾ ਜਾਂਦਾ ਸਿਆਣੇ ਕਹਿੰਦੇ ਆ ਵੀ 100 ਵੇਰ ਫਿੱਟੇ ਮੂੰਹ ਕਹਿਣ ਦੇ ਨਾਲ ਇੱਕ ਤ੍ਰਿਕਾਰ ਬਣਦਾ। ਤ੍ਰਿਕਾਰ ਲਾਣਤ ਐਸੀ ਹੈ ਵੀ ਇਹ ਲਾਣਤਾਂ ਪੈਂਦੀਆਂ ਨੇ। ਪਾਤਸ਼ਾਹ ਕਹਿੰਦੇ ਨੇ ਐਸੇ ਜੀਵਨ ਨੂੰ ਲਾਣਤਾਂ ਨੇ, ਐਸੇ ਬਸਣਾ ਸੰਸਾਰ ਤੇ ਇਹੋ ਜਿਹਾ ਬਸੇਵਾ ਕਾਹਦਾ ਭਾਈ, ਜੇ ਲਾਣਤਾਂ ਹੀ ਪੈਣ ਸਾਰੇ ਪਾਤਸ਼ਾਹ ਤੋਂ ਫਿਟਕਾਰੇ ਹੀ ਪੈਣ। ਗੁਰੂ ਬਾਬਾ ਜੀ ਰਹਿਮਤ ਕਰਦੇ ਨੇ ਅੱਗੇ, ਜਾ ਆਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੇ ਦਾਸਨ ਦਾਸ, ਤਾਂ ਅਨ ਦਿਨ ਸੇਵਾ ਕਰੇ ਸਤ ਗੁਰੂ ਕੀ ਕਬੇ ਨਾ ਸੋਡੇ ਪਾਸ। ਪਾਤਸ਼ਾਹ ਕਹਿੰਦੇ ਨੇ ਜਾ ਆਪੇ ਨਦਰ ਕਰੇ ਪ੍ਰਭ ਸੱਚਾ, ਜਦੋਂ ਸੱਚਾ ਵਾਹਿਗੁਰੂ ਪ੍ਰਭੂ ਪਰਮਾਤਮਾ ਮੇਰਾ ਕਰ ਦੇਵੇ ਨਦਰ ਕਰ ਦੇਵੇ ਨਾ ਤਾਂ ਹੋਵੇ ਦਾਸਨ ਦਾਸ। ਪਾਤਸ਼ਾਹ ਕਹਿੰਦੇ ਫਿਰ ਭਾਈ ਦਾਸਾਂ ਦਾ ਦਾਸ ਬਣੀਦਾ ਹੈ, ਜਿਹਨੂੰ ਸਮਝ ਆ ਜਾਂਦੀ ਹੈ ਕਿ ਨਾ ਉਹ ਪਿਆਰਿਆਂ ਨਾਲ ਮਿਲ ਕੇ ਰੱਬ ਦੇ ਨਾਲ ਵਾਹਿਗੁਰੂ ਦੇ ਜਸ ਗਾਉਂਦਾ ਤੇ ਸੱਚ ਨੂੰ ਸਮਝਦਾ ਹੈ। ਪਾਤਸ਼ਾਹ ਕਹਿੰਦੇ ਨੇ ਤਾਂ ਅਣਦਿਨ ਸੇਵਾ ਕਰੇ ਸਤਿਗੁਰੂ ਕੀ, ਫਿਰ ਜਿਹਨੂੰ ਸਮਝ ਆ ਜਾਂਦੀ ਆ ਉਹ ਗੁਰੂ ਦੀ ਸੇਵਾ ਕਰਦਾ, ਗੁਰੂ ਕੀ ਸੇਵਾ ਵਿੱਚ ਲੱਗਦਾ ਹੈ, ਉਹ ਗੁਰੂ ਦੇ ਮੁਤਾਲਿਕ ਸੇਵਾ ਕਰਦਾ ਜਿੱਦਾਂ ਗੁਰੂ ਕਹਿੰਦੇ ਆ ਵੀ ਇਉਂ ਕਰਨੀ ਚਾਹੀਦੀ ਆ ਸੇਵਾ। ਸੇਵਾ ਦੀ ਸਿੱਖਿਆ ਆਪਾਂ ਇਤਿਹਾਸ ਵਿੱਚੋਂ ਪੜ੍ਹਦੇ ਹਾਂ ਵੀ ਪਾਤਸ਼ਾਹ ਨੇ ਸਾਨੂੰ ਆਖਣਾ ਕੀਤਾ ਵੀ ਜਿੱਥੇ ਲੋੜ ਹੈ ਭਾਈ ਦੁਨੀਆਂ ਵਿੱਚ ਸੇਵਾ ਕਰੋ, ਇਹ ਨਹੀਂ ਵੀ ਕਹਿ ਦਿੱਤਾ ਕਰਕੇ ਵੀ ਵਿਖਾਇਆ। ਮਾਲਕ ਨੇ ਆਖਿਆ ਕਿ ਨਾ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਆਖਿਆ
भी दुनिया च सेवा करनी है भाई जिथे लोड़ है। इतिहास पढ़ते हैं आप श्री अमृतसर साहब जी का, जदों हरिमंदर साहब विखे खुदाई हो रही सी, ताल की पकवाई हो रही सी, भाग सभावां चल रहीआं सी, उस समय प्यारे कहिंदे लाहौर विखे काल पै गया सी। लाहौर दे विच उत्थे बड़ी भुखमरी पै गई, बड़ी बीमारी भयानक चल पई, बड़े दुनिया के लोग भाई तड़प रहे ने भुख नाल बीमारियां नाल। सतगुरां नूं पता लग्या भी लाहौर दे विच काल पै गया, ऐसी हालत हो गई, फसल बाड़ी भी खत्म हो गई। तो पातशाह ने उत्थों भाई नलका राशन पानी लैना किया, तो नाल पैसे लै धेले नाल वैद हकीमां नूं लिया दवाइया बूटियां, कहिंदे चलो भाई लाहौर विच जाके आपां लुकाई दा भला करिए, अज लोड़ है उत्थे सानू पहुंचण दी। उत्थे पहुंचे ते साडे वर्गे बड़े सन उत्थे जिहड़े कहिंदे पातशाह आपां की लैणा लाहौर तों, आपां कहिंदे की लैणा, अपनी सेवा चलदी है, आपां सारा पैसा उत्थे ला देंगे, उत्थे दे लोक आप देखण अपना, जां उत्थे दे जिहड़े चौधरी ने आगू ने राजे ने उह आप ही वेखणगे। कहिंदे पातशाह आपां की करना, आपां जरूरी खर्चा करना उत्थे जाके, अपने ते इधर कम खड़ जूगा। पर पातशाह कहिंदे प्यारिओ ये बन की रहा, कहिंदे हरिमंदर साहब हरी दा मंदर। वह कहिंदे प्यारिओ ये तां हरी का मंदर आपां बना रहे हां, वैसे इत्थे आप के दुनिया रब दा जस करूगी, भला होवेगा उन्हां दा, इत्थे आके समझ लैणगे। पर जे किते सच्चे मंदर आ शरीर ही ना रहे फिर इन्हों मंदरां दा की फायदा, कहिंदे इन्हों मंदरां दा की, अज भला करन दा अज उन्हां नूं बचाउण दी लोड़ है, ये तां कल नूं भी बन जू, ये साल नूं बन जू, ये दो साल नूं बन जू, जे वह संगति ना पाई रही वह शरीर ही खत्म हो गई, काल पै गया, इधर भी आके वह बढ़ सकता, इधर नूं भी काम बीमारियां दा भाव के भाव। पहला सानू ये करन दी लोड़ है, गुरु पातशाह ने उन्हां नूं जवाब दे के पहला पैसा खर्च किया लाहौर जाके, उत्थे रोगियां दे रोग खंडन किते, उत्थे भुखमरी पई होई सी रस्त पानी पहुंचाउणा किया। पातशाह ने इतिहास है, पर अज बहुतात गिणती अजे भी साडी ऐसी है, कौन तां असीं गुरु के सिखी हाँ ते असीं कहिंदे आ साडा भला होवे, साडा ना कितें तोड़ पै जाए, दूजा भावें भुख नाल मरे भावें रोग नाल मरे सहायता। पर पातशाह ने आखना किया प्यारिओ दुनियादारी दे विच सेवावां निभाउणियां सिखो, किवें रहना है, गुरु का सिख की हुंदा है, गुरु का सिख होई है सो सिख बंध सखा बंध पै भाई, जे गुर के भाने विच आवे वह असल विच गुरु का सखा मित्र सिख है, प्यारा सिख है। आपां कह लईए जिहड़ा गुरु की रजा विच चलदा भाने विच चलदा उहदा असीं कही जाने आ, पढ़दे तां हां आपां सारी ਵੀ ਸੱਚੇ ਪਾਤਸ਼ਾਹ ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ ਕਹਿੰਦੇ ਆਪਾਂ, ਤੇ ਪੜ੍ਹਦੇ ਹਾਂ ਸਾਰੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਪਛਾਣਿਆ ਨਹੀਂ ਅਸੀਂ ਬਹੁਤੇ ਰੰਗਾਂ ਵਿੱਚ ਮਾਲਕ ਨੂੰ, ਕਹੀ ਤਾਂ ਜਾਂਦੇ ਹਾਂ ਪਿਆਰਿਓ। ਸਤਿਗੁਰੂ ਨੂੰ ਕਹਿੰਦੇ ਹਾਂ ਵੀ ਜਿਹੜਾ ਤੈਨੂੰ ਭਾਉਂਦਾ ਵੀ ਉਹ ਸਾਨੂੰ ਚੰਗਾ ਲੱਗਦਾ, ਪਰ ਮਾਲਕ ਨੂੰ ਤਾਂ ਇਹ ਭਾਉਂਦਾ ਵੀ ਜਿੱਥੇ ਭਾਈ ਲੋੜ ਹੈ ਉੱਥੇ ਕੰਮ ਕਰਿਆ ਕਰ, ਗੁਰੂ ਕਿਆ ਸਿੱਖਾ ਆਪਣਾ ਫਰਜ਼ ਪਛਾਣਿਆ ਕਰ। ਪਰ ਇਹ ਮਾਲਕ ਦੀ ਰਜਾ ਉਹਨੂੰ ਪਾਉਂਦਾ, ਪਰ ਕਹਿਣ ਮਾਤਰ ਕਹਿੰਦੇ ਹਾਂ ਅਸੀਂ, ਪਰ ਅਸੀਂ ਕਰਦੇ ਪਿਆਰਿਓ ਆਪਣੇ ਮਨ ਦਾ ਹੀ ਆ। ਕੋਈ ਬਿਰਲੇ ਨੇ ਜਿਹੜੇ ਗੁਰੂ ਕੀ ਸਿੱਖਿਆ ਨੂੰ ਮੰਨ ਕੇ ਚੱਲਦੇ ਆ ਵੀ ਹਾਂ ਇਹ ਗੁਰੂ ਕਾ ਉਪਦੇਸ਼ ਹੈ, ਗੁਰ ਕਹੇ ਸੋ ਕਾਰ ਕਮਾਏ ਜੀ, ਉਹ ਮਾਲਕ ਨੇ ਆਖਿਆ ਵੀ ਗੁਰੂ ਕਾ ਸਿੱਖ ਉਹ ਹੈ ਭਾਈ ਜਿਹੜਾ ਗੁਰੂ ਦੀ ਕਹੀ ਹੋਈ ਕਾਰ ਨੂੰ ਕਰਦਾ ਹੈ, ਗੁਰੂ ਕੇ ਰਸਤੇ 'ਤੇ ਚੱਲਦਾ। ਅਤੇ ਇੱਥੇ ਮਾਲਕ ਅੱਜ ਰਹਿਮਤ ਕਰਦੇ ਆ ਸਾਨੂੰ ਸਮਝਾਉਂਦੇ ਆ ਵੀ ਆ ਪਿਆਰਿਓ ਵੀ ਉਹ ਮੇਰਾ ਵਾਹਿਗੁਰੂ ਜੀ 'ਤੇ ਕਿਰਪਾ ਕਰਦਾ, ਉਹ ਇਸ ਤਰੀਕੇ ਨਾਲ ਤਾਂ ਅਨੰਦਨ ਸੇਵਾ ਕਰੇ ਸਤਿਗੁਰੂ ਕੀ। ਸਤਿਗੁਰੂ ਕੀ ਸੇਵਾ ਦਾ ਭਾਵ ਕੀ ਹੈ? ਸੇਵਾ ਸਤਿਗੁਰੂ ਦੀ ਵੀ ਜਿਵੇਂ ਸਤਿਗੁਰੂ ਜੀ ਕਹਿੰਦੇ ਆ ਉਹ ਅਸਲ ਸੇਵਾ ਸਤਿਗੁਰੂ ਦੀ ਹੈ। ਹੁਣ ਜੇ ਇਤਿਹਾਸ ਆਪਾਂ ਬੜੀ ਵਾਰ ਇਹ ਵਾਰਤਾ ਤਾਂ ਸਮਝੀਏ ਵੀ ਗੁਰੂ ਨਾਨਕ ਪਾਤਸ਼ਾਹ ਜੀ ਕਿੰਨੀ ਸੰਗਤ ਵਿੱਚ ਵਿਚਰਦੇ ਆ, ਪਰ ਲੈਣਾ ਜੀ ਵੀ ਵਿਚਰਦੇ ਆ ਨਾਲ, ਹੋਰ ਵੀ ਸੇਵਾਵਾਂ ਤਾਂ ਕਰਦੇ ਨੇ,
पर भाई लहना जी सतगुरु नानक दे अनन सेवक हो गए। किवें हो गए? क्योंकि गुरु पातशाह जो कम करन नूं कहिंदा भाई साहब वह कर दिया। भाई लहना जी दे रूप विच गुरु अंगद देव साहिब महाराज वो सेवा, ते अगे बाबा अमरदास जी ने फिर वह सेवा की, फिर गुरु रामदास जी भाई जेठा जी के रूप में वो सेवा कर दिया जी कह रहे हैं। क्योंकि आखिर जिते रिजल्ट है भाई जेठा जी भाई रामा जी जो थड़े बनाने कहा पातशाह ने भी थड़ा बनाओ भाई रामा जी जेठा जी दो थड़े थड़े की लोड़ है बनाता थड़ा पातशाह देख गए ने कहने भाई बन गए जी हाँ बन गए। पातशाह देख के कहते भी ए प्यारे हो जिहो जे सानू चाहिए से थड़े कहना ओहो जे नहीं बने ढावो इन्हों ढाते दबारे बनाओ। फिर दबारे बनाए फिर उदा ही कहता फिर ढहा दिते तीन चार बार जो ढहाए ने भाई जेठा जी जिदा मालिक कहते फिर ढाउन दिते फिर बना लग गए। तो रामा जी कह लगे गुरु पिता जी जिहो जिहा तुसीं थड़ा कहते तो पूरी मेहनत नाल लगन नाल ओहो जे बनाया पर तुहानू पता नहीं लग्या इस थड़े का। पातशाह कहने गुरु पातशाह जी तुहाडी हुण उम्र वडेरी हो गई है एदम गल्लां आखियां पर पातशाह ने फिर भी कुछ नहीं आखिया भी बनाओ भाई। कहने जी हुण नहीं बनना बड़ी बार बना लिया तुसीं तां ढहाई जांदे बनवाई जांदे। पर भाई जेठा जी कहने मालका जिवें तुहानू पाउंदा जे दस रहा तो सही नहीं बनिया सी बना दें मालिका दस दौ कि खमी है। तो सतगुरां ने भाई जेठा जी नूं गले नाल लाया गलबकड़ी विच लिया साथी नाल लाया ते आखना कीता भाई जेठिया ये थड़िया तो की लैना सी असीं तां वेख रहे सी सानूं ओ थड़ा चाहीदा जिथे गुरु नानक दी जोत जगाउणी है ओ थड़ा अज सानूं मिल गया भाई तेरे वाला हिरदे रूपी थड़ा जिहड़ा ये जोग है अज गुरु की जोत दा यो ही। फिर गुरु अर्जन देव महाराज जी का भवेख दिया ना इतिहास पढ़ते हैं गुरु रामदास सच्चे पातशाह जी कहिंदे आ भी ए प्यारे आ बिरती चंदा आ कम कर लाहौर विखे जाना चल तेरा सहारी मल ताया जी आया। ते अगो की कहिंदा सी बिरती चंद कहिंदा पिता जी तुहाडी उम्र वढेपे विच है तुहाडे कोल संगतां बेअंत आउंदियां ने सारी संगत की आओ भगत मैं करदा काम का सारा मैं करदा जे मैं ही इत्थों चलिया गया कौन संभालूगा इत्थे आ महादेव नूं भेज दिओ ये कड़ा कुछ करदा है अर्जन देव नूं भेज दिओ ये की करदा है काम का कहिंदा मैं ही करदा सर करदा भी सी कोई अत कतनी नहीं कर दिओ। प्रति चंद जी सारी कारोबार बागडोर संभाली फिरदा सी संगत की आओ भगत करदा सी पर मन विच ओह लालसा नहीं सी जिहड़ी मालिक नूं चाहीदी सी मन में मोह सी पाकड़ सी भी खैर गद्दी किते अर्जन देव नूं ना दे देण मही लवां। पर पातशाह ने वेखना कीता सेवा कीती मंजूर होई भाई अर्जन देव जी सतगुरां दे सोढे सपुत्र भाव के सतगुरु जी सेवा केड़ी वेख दिया ए नहीं गुरु साहब जी इत्थे सेवा असीं भुलेखा कर लईए भी शायद गुरु साहब जी बूटी चापी करन दी सेवा ही होवेगी बिजा गुरु के दरबार का ये इन्नी की सेवा है। पर पातशाह का हुक्म है जो जिथे मालिक कह रहे भी इत्थे सेवा करनी है समझ के सेवा करनी असल सेवा वो है वह असी घर परिवार भी कर सकते क्योंकि मालिक ने आखना किया भी प्यारिया अपना फर्ज संभाल के चली भी जेड़े तेरे फर्ज ने सचेत होके चली जो तेरी सेवा है घर विच बच्चों नूं सही तरीके नाल लेके जाना बड़ी सेवा बजुर्गों की संभाल करनी सब तो वड्डी सेवा क्योंकि मेरा मालिक सारयां विच ही वसदा है। मालिक ने आखना कीता कि ना आपां तू मेरा माता तू मेरा पिता तू मेरा बंधप तू मेरा भ्राता भाव की है इहदा भी मेरे वाहिगुरु मेरे माता दा रूप भी तू है मेरे पिता के रूप में भी तू है मेरा बंधप भी तू है मेरा भरा भैन भी तू है सारे में तू ही तू बस रहा है ते तो बिना कोई दूजा होर है नहीं। यह सिक्ख्या मेरे मालिक की है
ਕਿਤੇ ਸਾਡੇ ਸਾਰਿਆਂ ਦੀ ਸਮਝ ਵਿੱਚ ਆ ਜਾਵੇ, ਭਾਵ ਕਿ ਅਸੀਂ ਏਕਤਾ ਵਿੱਚ ਆ ਜਾਈਏ, ਅਸੀਂ ਇੱਕ ਦੂਸਰੇ ਦਾ ਪਿਆਰ ਸਤਿਕਾਰ ਮਾਣ ਇੱਜ਼ਤ ਕਰਨ ਲੱਗ ਜਾਈਏ। ਪਾਤਸ਼ਾਹ ਕਹਿੰਦੇ ਸਾਰੇ ਵਿੱਚ ਜੈ ਜੈ ਪੇਕੋ ਤੈ ਹਜ਼ੂਰ, ਵੀ ਜਿੱਧਰ ਵੀ ਵੇਖਦਾ ਪਾਤਸ਼ਾਹ ਹੈ ਤੂੰ ਹੈ। ਇਹ ਵਾਰਤਾ ਕਿਹਨੇ ਸਮਝੀ? ਇਤਿਹਾਸ ਪੜ੍ਹਦੇ ਹਾਂ ਆਪਾਂ ਉਹਨਾਂ ਦਾ, ਅੱਜ ਉਹਨਾਂ ਨੂੰ ਮਾਣ ਮਿਲਿਆ ਹੋਇਆ। ਗੁਰੂ ਪਿਆਰਿਓ, ਭਾਈ ਘਨੱਈਆ ਜੀ ਥਾਂ ਪਰ ਥਾਂ ਆਪਾਂ ਵੇਖਦੇ ਹਾਂ ਉਹਨਾਂ ਦੇ ਨਾਂ 'ਤੇ ਟਰੱਸਟ ਚੱਲਦੇ ਨੇ, ਕਮੇਟੀਆਂ ਬਣੀਆਂ ਹੋਈਆਂ ਨੇ, ਮਜੋਰਟੀਆਂ ਬਣੀਆਂ ਹੋਈਆਂ ਨੇ, ਸਵਾਬਾ ਕੇਂਦਰ ਬਣੇ ਹੋਏ ਨੇ। ਉਹਨਾਂ ਨੇ ਇਹ ਗੱਲ ਨੂੰ ਸਮਝਿਆ ਵੀ ਹਾਂ ਉਹ ਮੇਰਾ ਵਾਹਿਗੁਰੂ, ਮੇਰਾ ਬਾਜਾ ਮੇਲਾ, ਮੇਰਾ ਸਤਿਗੁਰੂ ਸਾਰਿਆਂ ਦੇ ਵਿੱਚ ਵਸਿਆ ਹੋਇਆ। ਇਹ ਵੱਖਰੀ ਗੱਲ ਵੀ ਜਿਨ੍ਹਾਂ 'ਚ ਵਸਿਆ ਉਹਨਾਂ ਨੂੰ ਸਮਝ ਨਹੀਂ ਆਈ, ਸਾਡੇ ਵਰਗਿਆਂ ਸਮਝ ਨਹੀਂ ਆਈ। ਅਸੀਂ ਉਸ ਮਾਲਕ ਦੇ ਨਾਲ ਹੀ ਗੁਰੂ ਪਿਆਰਿਓ ਮੱਥਾ ਲਾ ਲਿਆ, ਅਸੀਂ ਮਾਲਕ ਦੇ ਡਰ ਨਾਲ ਹੀ ਖਾਰ ਖਾਣ ਲੱਗ ਗਏ ਵੀ ਜਿਹੜਾ ਸਾਰਿਆਂ 'ਚ ਵਸਿਆ, ਵੀ ਸਾਨੂੰ ਸਮਝ ਨਹੀਂ ਆਈ। ਇਸੇ ਕਰਕੇ ਤਾਂ ਸਤਿਪੁਰਸ਼ ਧਾਰਨਾ ਵੀ ਪੜ੍ਹਿਆ ਕਰਦੇ ਵੀ ਮਨ ਮੂਰਖਾ ਤੈਨੂੰ ਸਮਝ ਨਾ ਆਵੇ ਰੱਬ ਤੇਰੇ ਵਿੱਚ ਵੱਸਦਾ। ਵੀ ਵੱਸਦਾ ਤਾਂ ਉਹ ਪਿਆਰਾ ਤੇਰੇ ਵਿੱਚ ਹੈ, ਪਰ ਮੂਰਖ ਮਨ ਨੂੰ ਸਮਝ ਨਹੀਂ ਆ ਰਹੀ। ਮਨ ਮੂਰਖ ਅਜੋ ਨਾ ਸਮਝਿਓ, ਸਿੱਖ ਦੇ ਹਾਰਿਓ ਨੀਤ। ਮਾਲਕ ਨੇ ਸਿੱਖਿਆ ਦੇ ਕੇ ਹਾਰ ਗਿਆ, ਹਾਰਨ ਦਾ ਭਾਵ ਕੀ ਹੰਭ ਗਿਆ। ਮੇਰਾ ਸਾਹਿਬ ਨਿੱਤ 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 ਕਹਿੰਦਾ ਸਾਨੂੰ। ਸਤਿਪੁਰਸ਼ ਨੇ ਜਿਹੜੇ ਰੱਬ ਨਾਲ ਜੁੜੇ ਉਹ ਰੋਜ਼ਾਨਾ ਇਹੀ ਕਹਿੰਦੇ ਹੈ, ਉਹ ਇਹੀ ਸੇਧ ਦੇ ਰਹੇ ਨੇ। ਪਰ ਮਨ ਮੂਰਖ ਹੈ ਜਿਹੜਾ ਅਜੇ ਸਮਝਦਾ ਨਹੀਂ, ਸਾਡਾ ਇਹ ਸਮਝਣ ਨੂੰ ਤਿਆਰ ਨਹੀਂ। ਇਹ ਕਹਿੰਦਾ ਮੈਂ ਨਹੀਂ ਮੰਨਦਾ ਵੀ ਇੱਦਾਂ ਕਿਵੇਂ ਹੋ ਸਕਦਾ ਰੱਬ ਸਾਡੇ 'ਚ। ਨਾ ਨਾ, ਰੱਬ ਤਾਂ ਗੁਰੂ ਘਰ ਹੈ, ਕੋਈ ਕਹਿੰਦਾ ਮੰਦਰ ਵਿੱਚ ਹੀ ਹੈ, ਕੋਈ ਕਹਿੰਦਾ ਮਸੀਤ ਵਿੱਚ ਹੀ ਹੈ, ਕੋਈ ਕਹਿੰਦਾ ਚਰਚ ਵਿੱਚ ਹੀ ਹੈ, ਕੋਈ ਕਹਿੰਦਾ ਆਕਾਸ਼ ਵਿੱਚ ਹੀ, ਉਹ ਤਾਂ ਥੱਲੇ ਆਇਆ ਹੀ ਨਹੀਂ। ਸਿੱਖਿਆ ਮਾਲਕ ਨਿੱਤ ਦੇ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਕਿੰਨੇ ਸੋਹਣੇ ਢੰਗ ਨਾਲ ਉਦਾਹਰਨ ਦੇ ਕੇ ਸਮਝਾਇਆ, ਆਪਾਂ ਬੜੀ ਵਾਰ ਪੜ੍ਹਿਆ ਇਹ ਬਚਨ। ਸਾਹਿਬ ਕਹਿੰਦੇ ਪੋਹਪ ਮੱਧ ਜੋ ਵਾਸ ਵਸਤ ਹੈ, ਮਕਰ ਮੈਂ ਜੈਸੇ ਸਾਈ। ਪੋਹਪ ਫੁੱਲਾਂ ਦੇ ਵਿੱਚ ਜਿਵੇਂ ਪਿਆਰਿਆ ਵਾਸਨਾ ਵਸਦੀ ਹੈ ਨਾ, ਮੰਨਦੇ ਆਪਾਂ ਵੀ ਫੁੱਲਾਂ 'ਚ ਵਾਸਨਾ ਹੈ। ਕਿਹੜੇ ਫੁੱਲਾਂ 'ਚ? ਜਿਹੜੇ ਡਾਲੀ ਨਾਲ ਜੁੜੇ ਹੋਏ ਨੇ, ਜਿਹੜੇ ਜੁੜੇ ਹੋਏ ਨੇ, ਜਿਹੜੇ ਪੌਦੇ ਨਾਲ ਲੱਗੇ ਉਹਨਾਂ 'ਚ ਵਾਸਨਾ, ਜਿਹੜੇ ਆ ਸਾਡੇ ਬਣਾਏ ਹੋਏ ਨੇ ਨਾ ਬਨਾਵਟੀ, ਇਹਨਾਂ 'ਚ ਨਹੀਂ ਵਾਸਨਾ। ਵਾਸਨਾ ਕੀ 'ਚ ਹੈ? ਜਿਹਦੇ ਵਿੱਚ ਭਾਈ ਅੰਸ਼ ਹੈ, ਇਹ ਕਹੀਏ ਜਿਹੜਾ ਧਰਤੀ ਨਾਲ ਜੁੜਿਆ ਹੋਇਆ ਉਹਦੇ ਵਿੱਚ ਵਾਸਨਾ ਹੈ, ਟੁੱਟੇ ਹੋਏ ਵਿੱਚ ਨਹੀਂ ਵਾਸਨਾ ਆਉਂਦੀ। ਟੁੱਟਿਆ ਤਾਂ ਭਾਵੇਂ ਸਰੀਰ ਕਰਕੇ ਰੱਬ ਨਾਲੋਂ ਕਹਿ ਲਈਏ ਸੱਚ ਨਾਲੋਂ ਮਨੁੱਖ ਟੁੱਟਿਆ, ਉਹਦੇ ਵਿੱਚੋਂ ਵੀ ਵਿਸ਼ੇ ਵਿਕਾਰਾਂ ਦੀ ਬਦਬੂ ਤਾਂ ਆ ਸਕਦੀ ਹੈ, ਪਰ ਵਾਸਨਾ ਨਹੀਂ ਗੁਣਾਂ ਦੀ ਆਉਂਦੀ। ਇਸੇ ਕਰਕੇ ਮਾਲਕ ਕਹਿੰਦੇ ਨੇ ਪਿਆਰਿਆ ਵਾਸਨਾ ਆਉਂਦੀ ਹੈ ਫੁੱਲਾਂ ਦੇ ਵਿੱਚੋਂ, ਤੂੰ ਵੀ ਭਾਈ ਫੁੱਲ ਵਾਂਗ ਮਾਲਕ ਨਾਲ ਜੁੜ ਕੇ ਚੱਲ, ਆਪਣੇ ਧੁਰੇ ਨਾਲ ਜੁੜ ਕੇ ਚੱਲ, ਤੇਰੇ 'ਚੋਂ ਵੀ ਵਾਸਨਾ ਮੇਰਾ ਮਾਲਕ ਕਿਰਪਾ ਕਰੇਗਾ, ਵਡਿਆਈਆਂ ਮਿਲਣਗੀਆਂ। ਪਾਤਸ਼ਾਹ ਕਹਿੰਦੇ ਪੌਪ ਮੱਧ ਜੋ ਵਾਸ ਵਸਤ ਹੈ, ਮਕਰ ਮੈਂ ਜੈਸੇ ਸਾਈ। ਮਕਰ ਸ਼ੀਸ਼ੇ ਨੂੰ ਕਹਿੰਦੇ ਹੈ, ਸ਼ੀਸ਼ੇ ਵਿੱਚ ਸਾਇਆ, ਸ਼ੀਸ਼ੇ ਦਾ ਸੁਭਾਅ ਜਿਹੜਾ ਵੀ ਉਹਦੇ ਅੱਗੇ ਖੜ ਜਾਂਦਾ ਕਹਿੰਦਾ ਉਹਨੂੰ ਹੀ ਉਹਦਾ ਚਿਹਰਾ ਮੇਰਾ ਵਿਖਾ ਦਿੰਦਾ ਸ਼ੀਸ਼ਾ, ਉਹ ਆਪਣੇ ਆਪ ਨੂੰ ਸਵਾਰ ਲੈਂਦਾ ਜਿਹੜਾ ਭਾਈ ਸ਼ੀਸ਼ੇ ਅੱਗੇ ਆਉਂਦਾ। ਜਿਹੜਾ ਸ਼ੀਸ਼ੇ ਤੋਂ ਬਿਨਾਂ ਬੜੇ ਨੇ, ਸ਼ੀਸ਼ੇ ਤੋਂ ਬਿਨਾਂ ਭਾਈ ਆਪਣੀ ਸਜਾਵਟ ਕਰਦੇ ਆ, ਪਰ ਕੋਈ ਨਾ ਕੋਈ ਖਮੀ ਰਹਿ ਜਾਂਦੀ ਹੈ। ਪਰ ਜਿਹੜਾ ਸ਼ੀਸ਼ੇ ਦੇ ਅੱਗੇ ਖੜ ਕੇ ਆਪਣੀ ਤਿਆਰੀ ਕਰਦਾ ਨਾ, ਉਹ ਬੜਾ ਫੱਬਦਾ ਹੈ। ਇਉਂ ਹੀ ਗੁਰੂ ਮਹਾਰਾਜ ਸਾਡੇ ਸ਼ੀਸ਼ੇ ਦੀ ਨਿਆਈ ਨੇ। ਮਾਲਕ ਦੇ ਅੱਗੇ ਰਹੀਏ, ਆਪਾਂ ਕਹਿੰਦਾ ਮਾਲਕ ਨੂੰ ਅੱਗੇ ਰੱਖੀਏ, ਆਪਣੇ ਮਾਲਕ ਤੋਂ ਸਮਝ ਲਈਏ, ਅਤੇ ਉਹ ਗੁਰੂ ਕਾ ਸਿੱਖ ਬੜਾ ਦੁਨੀਆਂ ਵਿੱਚ ਫੱਬ ਜਾਂਦਾ, ਚੰਗਾ ਲੱਗਦਾ ਹੈ। ਪਾਤਸ਼ਾਹ ਉਦਾਹਰਨਾਂ ਬੜੀਆਂ ਗਹਿਰੀਆਂ ਦਿੱਤੀਆਂ ਪਾਤਸ਼ਾਹ ਨੇ। ਕਹਿੰਦੇ ਮਕਰ ਮੈਂ ਜੈਸੇ ਸਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਕਹਿੰਦੇ ਇਵੇਂ ਹੀ ਮਾਲਕ ਪਰਮਾਤਮਾ ਨਿਰੰਤਰ ਵਸਦਾ ਤੇਰੇ ਵਿੱਚ ਮਨਾ। ਐ ਜੀਵ ਘੱਟ ਵਿੱਚ ਖੋਜ ਲੈ, ਉਹਨੂੰ ਸਮਝ ਲੈ। ਇਸੇ ਕਰਕੇ ਸਭ ਨੇ ਇਹ ਕਿਰਪਾ ਕੀਤੀ, ਸਾਨੂੰ ਸਮਝਾਉਣਾ ਕੀਤਾ ਹੈ ਵੀ ਇਉਂ ਕਰਕੇ ਸਮਝ ਕਰਕੇ ਜੇ ਕਿਤੇ ਸਤਿਗੁਰੂ ਨੂੰ ਸਮਝ ਲਈਏ ਵੀ ਸਾਹਿਬਾ ਤਾਂ ਸਾਰੇ ਪਾਸੇ ਹੀ ਹੈ, ਲੋੜ ਮੁਤਾਲਕ ਜਿੱਥੇ ਭਾਈ ਲੋੜ ਹੈ ਉੱਥੇ ਸੇਵਾ ਕਰੀਏ, ਸਹੀ ਤਰੀਕੇ ਨਾਲ ਸਮਝ ਕੇ ਕਰੀਏ,
ते मालिक कहंदे आ ए सेवा सफल हुंदी है, अन दिन सेवा करे सतगुरु की कवे ना सोडा पास। कदे भी भाई फिर मेरा मालिक ना तो साडे साथ छड्डेगा ते ना फिर वो गुरसिख छड्ड सकदा है। गुरसिख भी फिर साथ नहीं मालिक दा छड्ड सकदा। फिर ऐसी वार्ता हो जाती है जिवें आपां वडियाई विच मालिक दे वलों उचारण कीते वचन पढ़दे हां, भाई साहब दे वचन ने भी भाई चंद चकोर प्रीत है लाए तारन हाले चकवी इवे हेट है, भाव के जिमें चंद दी चकोर नाल चकोर दी चंद नाल प्रीत है, एवें ही गुरु प्यारियो जिहड़ी चकवी है उहदे सूरज दे नाल है, इदां ही मस्सी दी पाणी दे नाल है, पर गुरसिख दी प्रीत गुरु दे नाल है, सतगुरु दे नाल है। इसे करके मेरे मालिक कृपा करदे आ भी जिहड़ा सेवा करनी सिख लैंदा है ते गुरु फिर उहदे संग है ते उह गुरु दे संग है, जिहदे बल गुरु ही हो जावे। पासा ही वचन पढ़दे आ, जा तू मेरे बल है ता क्या मुसंदा, तुद सब किस मैनू सौंपिया जा तेरा बंदा, लक्ष्मी टोट ना आवई खाए खर्च रहंदा, ए बैरी मित्र सब कीत्या ना मंगे मंदा, लख 84 मेदरी सब सेव करंदा। किन्ने वचन कीते आ पातशाह ने, इन्नियां वडियाइयां मिलदियां ने जे किते बल हो जावे। जिहदे बल हो जांदा इह भी वचन आपां पढ़दे हां वी जिस दे होए बल सो कदे ना हारदा, कहिंदे उहदी हार वी नहीं किसे पासे कदे भी, जेती जित हुंदी है जिधर नूं भी जांदा जुड़िया होवे रब दा प्यारा। सो इसे करके साहब कृपा करदे आपां कोशिश करिए जुड़न दी, मेरे वाहिगुरु दी रहमत होवे साडे ते भी। साहब अगे कृपा करदे आ, ज्यों जल मैं कमल अलिप तो वरत है त्यों विचै ग्रह उदास। पासा कहिंदे जिवें भाई जल दे विच कमल वसदा कि ना कमल दा फुल पर डुबदा नहीं, इह उहदे विच खूबी है जिहड़ा कमल दा फुल है, रहिंदा पानी विच चिक्कड़ विच जड़ां हुंदियां उहदियां, पर पंखड़ी जां पानी च जिहड़ा फुल है फुल पानी तों निर्लेप रहिंदा। ज्यों ज्यों पानी दा बहाव वधदा त्यों त्यों गुरु प्यारिओ फुल उच्चा उच्चा होई जांदा, डुबदा नहीं है छेती करके कमल दा फुल। ते इउं ही पासा कहिंदे जिहड़ा सिक्ख्या लै लैंदा गुरु साहिब नाल जुड़ के चलदा भाई ਉਹ ਕਮਲ ਵੰਗ ਹੋ ਜਾਂਦਾ, ਉਹਦਾ ਸੁਭਾਅ ਅਤੇ ਉਹਦਾ ਜੀਵਨ ਐਸਾ ਹੁੰਦਾ। ਕਹਿੰਦੇ ਜਿਉਂ ਜਲ ਮੈਂ ਕਮਲ ਅਲਿਪਤੋਂ ਵਰਤੈ ਤਿਉਂ ਵਿੱਚੇ ਗ੍ਰਹਿ ਉਦਾਸ। ਕਹਿੰਦੇ ਰੱਬ ਦਾ ਪਿਆਰਿਆ ਗ੍ਰਹਿ ਘਰ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਕਮਲ ਦੇ ਫੁੱਲ ਵਾਂਗ ਮੋਹ ਮਾਇਆ ਮਮਤਾ ਦੇ ਵਿੱਚ ਨਹੀਂ ਆਉਂਦਾ, ਨਿਰਲੇਪ ਰਹਿੰਦਾ ਹੈ, ਖੁਸ਼ੀਆਂ ਖੇੜੇ ਮਾਣਦਾ ਹੈ, ਉਹਨੂੰ ਕੋਈ ਦੁੱਖ ਦਾ ਨਹੀਂ ਹੈ ਕੋਈ ਸੁੱਖ ਦਾ ਨਹੀਂ ਹੈ ਵੀ ਕਹਿ ਲਈਏ ਆਪਾਂ, ਕਿਉਂਕਿ ਪਾਤਸ਼ਾਹ ਨੇ ਬਾਣੀ ਵਿੱਚ ਆਖਣਾ ਕੀਤਾ ਹੈ। ਸੋ ਸਿੱਖ ਸਖਾ ਬੰਧ ਪੈ ਭਾਈ ਵੀ ਉਹ ਸਿੱਖ ਅਸਲ ਵਿੱਚ ਉਹ ਸਿੱਖ ਉਹ ਮਨੁੱਖ ਹੈ ਪਾਤਸ਼ਾਹ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਅਪਮਾਨਾ, ਹਰਕ ਸੋਗ ਤੇ ਰਹੇ ਨਿਆਰੂ ਨਾਹੇ ਮਾਨ ਅਪਮਾਨਾ। ਪਾਤਸ਼ਾਹ ਕਹਿੰਦੇ ਹੈ ਵੀ ਨਾ ਤੁਹਾਨੂੰ ਕੋਈ ਮਾਣ ਦਾ ਹੁੰਦਾ ਨਾ ਕੋਈ ਅਪਮਾਨ ਦਾ ਹੁੰਦਾ, ਬਸ ਨਾ ਉਹਨੂੰ ਦੁੱਖ ਦਾ ਨਾ ਸੁੱਖ ਦਾ, ਉਹ ਤਾਂ ਸਦਾ ਹੀ ਆਨੰਦ ਵਿੱਚ ਰਹਿੰਦਾ ਹੈ ਰੱਬ ਦਾ ਪਿਆਰਾ। ਸਰੋ ਵਿਚਾਰੋਂ ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ। ਪਾਤਸ਼ਾਹ ਕਹਿੰਦੇ ਨੇ ਇਉਂ ਭਾਈ ਘਰ ਪਰਿਵਾਰ ਵਿੱਚ ਸੰਸਾਰ ਵਿੱਚ ਖੁਸ਼ੀਆਂ ਮਾਣਦਾ ਰੱਬ ਦਾ ਪਿਆਰਾ ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿੰਦਾ ਹੈ। ਪਾਤਸ਼ਾਹ ਕਹਿ ਰਹੇ ਨੇ ਜਨ ਨਾਨਕ ਕਰੇ ਕਰਾਇਆ ਸਭ ਕੋ ਜੋ ਭਾਵੈ ਤਿਬ ਹਰ ਗੁਣਤਾਸ, ਜਨ ਨਾਨਕ ਕਰੇ ਕਰਾਇਆ ਸਭ ਕੋ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਆਪੇ ਕਰਦਾ ਕਰਵਾਉਂਦਾ ਸਭ ਕੁਛ ਆਪ ਹੀ ਹੈ ਮੇਰਾ ਵਾਹਿਗੁਰੂ, ਜਿਹੜਾ ਮਾਲਕ ਨਾਲ ਜੁੜ ਕੇ ਚੱਲਦਾ ਉਹ ਤੋਂ ਮਾਲਕ ਭਲੇ ਕੰਮ ਕਰਾ ਲੈਂਦਾ, ਜੇ ਜਿਹੜਾ ਮਾਲਕ ਨੂੰ ਭੁੱਲ ਕੇ ਚੱਲਦਾ ਭਾਈ ਉਹ ਬੁਰਿਆਂ ਵਿੱਚ ਪੈ ਕੇ ਲਾਹਣਤਾ ਲੈ ਜਾਂਦਾ। ਇੱਕ ਨੂੰ ਵਡਿਆਈਆਂ ਮਿਲਦੀਆਂ ਨੇ, ਇੱਕ ਨੂੰ ਧਰਕਾਰਾਂ ਮਿਲਦੀਆਂ ਨੇ, ਸਰੀਰ ਕੋਈ ਨੇ ਸੁਭਾਅ ਦਾ ਹੀ ਫਰਕ ਹੈ, ਗਿਆਨ ਤੇ ਅਗਿਆਨ ਦਾ ਹੀ ਫਰਕ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਜਿਉਂ ਭਾਵ ਹੈ ਤਿਵ ਹਰ ਗੁਣਤਾਸ, ਜਿਵੇਂ ਮਾਲਕ ਨੂੰ ਭਾਉਂਦਾ ਕਹਿੰਦਾ ਜਿਹੜੇ ਰੱਬ ਦੇ ਪਿਆਰੇ ਆ
ਉਹ ਗੁਣਾਂ ਦੇ ਖਜ਼ਾਨੇ ਨਾਲ ਜੁੜ ਕਰਕੇ ਮਾਲਕ ਦੀ ਰਜ਼ਾ ਵਿੱਚ ਰਹਿੰਦੇ ਹਨ ਤੇ ਪੌੜੀ ਵਿੱਚ ਜਾ ਕੇ ਸਭ ਆਖਿਰ ਵਿੱਚ ਰਹਿਮਤ ਕਰਦੇ ਆ। ਸਤੀ ਯੁਗ ਗਵਾਰ ਸਾ ਆਪੇ ਗਣਤ ਕੀਨੀ, ਆਪੇ ਸ੍ਰਿਸ਼ਟ ਸਾਬ ਸਾਜੀਅਨ ਆਪੇ ਮਤ ਦੇਨੀ। ਸਤੀ ਯੁਗ ਗਵਾਰ ਸਾ, ਕਦੇ ਬੜੇ ਯੁਗ ਸਤੀ ਕਹਿ ਤੇ ਵੀ ਗਵਾਰ ਸੀ, ਅੰਧ ਧੁੰਦ ਪੈ ਰਿਹਾ ਸੀ, ਕੋਈ ਜੀਆ ਜਾਂਦੀ ਸੀ। ਮੇਰੇ ਮਾਲਕ ਨੇ ਆਪੇ ਫਿਰ ਗਣਤ ਕੀਨੀ ਹੈ, ਆਪੇ ਭਾਵ ਕੇ ਮੇਰੇ ਵਾਹਿਗੁਰੂ ਨੇ ਇਹ ਧਰਤੀ ਨੂੰ ਸਾਜਣ ਦੀ ਮਨ ਵਿੱਚ ਠਾਣੀ ਹੈ। ਪਾਤਸ਼ਾਹ ਕਹਿੰਦੇ ਆਪੇ ਸ੍ਰਿਸ਼ਟ ਸਾਹਿਬ ਸਾਜਣ, ਫਿਰ ਆਪੇ ਸ੍ਰਿਸ਼ਟੀ ਮੇਰੇ ਮਾਲਕ ਨੇ ਆਪਣੇ ਆਪ ਤੋਂ ਸਾਜੀ ਹੈ। ਇਹ ਬਾਣੀ ਵਿੱਚ ਪਾਤਸ਼ਾਹ ਆਖਣਾ ਕੀਤਾ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਆਪਦਾ ਭਾਵ ਆਪਣੇ ਆਪ ਤੋਂ ਹੀ। ਕਿਵੇਂ ਸਾਜਣਾ ਕੀਤੀ ਹੈ, ਸਾਚੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤਿਰ ਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਇਹ ਵਿਸਤਾਰ ਆਪਾਂ ਬੜੀ ਵਾਰ ਕੀਤੀ, ਹੁਣ ਵਿਚਾਰ ਵਿੱਚ ਨਾ ਜਾਈਏ। ਪਾਤਸ਼ਾਹ ਕਹਿੰਦੇ ਆਪੇ ਸ੍ਰਿਸ਼ਟ ਸਭ ਸਾਜੀਅਨ ਆਪੇ ਮਤ ਦੀਨੀ, ਆਪੇ ਮੇਰੇ ਵਾਹਿਗੁਰੂ ਨੇ ਸਭਨਾਂ ਨੂੰ ਸਾਜ ਕੇ ਮਤ ਦਿੱਤੀ ਹੋਈ ਹੈ। ਇਹ ਵੱਖਰੀ ਗੱਲ ਆ ਵੀ ਮਤ ਤੋਂ ਕੋਈ ਕੰਮ ਲੈਂਦਾ ਕੋਈ ਨਹੀਂ ਲੈਂਦਾ, ਮਤ ਸਾਰਿਆਂ ਨੂੰ ਦਿੱਤੀ ਆ ਮੇਰੇ ਸਾਹਿਬ ਨੇ, ਪਰਮਾਤਮਾ ਨੇ। ਕੋਈ ਮਤ ਦਾ ਗਿਆਨ ਲੈ ਲੈਂਦਾ ਭਾਈ, ਕੋਈ ਬੇਮਤਾ ਹੀ ਰਹਿ ਜਾਂਦਾ। ਪਾਤਸ਼ਾਹ ਕਹਿੰਦੇ ਨੇ ਆਪੇ ਮਤ ਦੀਨੀ, ਸਿਮਰਤ ਸਾਸਤ ਸਾਜਿਅਨ ਪਾਪ ਪੁੰਨ ਗਣਤ ਗਣੀਨੀ। ਇਕਣਾਂ ਨੂੰ ਐਸੀ ਮਤ ਆ ਗਈ, ਉਹਨਾਂ ਨੇ ਸਿਮਰਤ ਰਚ ਦਿੱਤੇ ਨੇ, ਲਿਖ ਦਿੱਤੇ ਹੈ, ਕਿਸੇ ਨੇ ਸ਼ਾਸਤਰ ਲਿਖ ਦਿੱਤੇ ਹੈ, ਮਤ ਨਾਲ ਹੀ ਲਿਖੇ ਗਏ ਨੇ। ਅੱਜ ਵੀ ਬੜੇ ਭਾਈ ਚੰਗੀ ਮਤ ਵਾਲੇ ਬਹੁਤ ਵਿਦਵਾਨ ਨੇ ਜਿਹੜੇ ਚੰਗੀਆਂ ਪੁਸਤਕਾਂ ਲਿਖਦੇ ਆ, ਨਾਵਲ ਲਿਖਦੇ ਆ, ਇਤਿਹਾਸ ਲਿਖਦੇ ਆ, ਉਹ ਮੇਰਾ ਵਾਹਿਗੁਰੂ ਹੀ ਮਤ ਦਿੰਦਾ। ਜਿਨ੍ਹਾਂ ਨੂੰ ਮਤ ਆਈ ਪਾਪ ਪੁੰਨ ਗਣਤ ਗਣੀਨੀ, ਉਹਨਾਂ ਨੇ ਪਾਪ ਤੇ ਪੁੰਨ ਨੂੰ ਗਿਣਤੀਆਂ ਮਿਣਤੀਆਂ ਵਿੱਚ ਦੱਸ ਦਿੱਤਾ। ਸਿਮਰਤ ਸ਼ਾਸਤਰਾਂ ਵਿੱਚੋਂ ਵੀ ਪਾਪਾਂ ਪੁੰਨਾਂ ਦਾ ਭਾਵ ਸਾਨੂੰ ਪਤਾ ਲੱਗਦਾ, ਕਿਉਂਕਿ ਪਾਤਸ਼ਾਹ ਨੇ ਆਖਣਾ ਕੀਤਾ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਪੁੰਨਾਂ ਤੇ ਪਾਪਾਂ ਦੀ ਵਿਚਾਰ ਆ ਇਹਨਾਂ ਵਿੱਚ। ਵਿਚਾਰ ਦਾ ਭਾਵ ਕਿ ਸਮਝ ਹੈ, ਪੜ੍ਹਿਆ ਪਤਾ ਲੱਗਦਾ ਵੀ ਆਹ ਕੀਤਿਆਂ ਪੁੰਨ ਲੱਗਦਾ ਭਾਈ, ਆਹ ਕੀਤਿਆਂ ਪਾਪ ਲੱਗਦਾ। ਪਰ ਜਿਹੜੀ ਅਸਲ ਗੱਲ ਹੈ, ਜਿੱਥੋਂ ਪਤਾ ਲੱਗਣਾ ਵੀ ਆਹ ਕੰਮ ਕਰਾਂਗੇ ਇਹਦੇ ਨਾਲ ਪਾਪ ਤੇ ਪੁੰਨ ਦੀ ਗੱਲ ਨਹੀਂ, ਇਹਦੇ ਨਾਲ ਪਰਮਾਤਮਾ ਮਿਲਦਾ, ਵਾਹਿਗੁਰੂ ਮਿਲਦਾ, ਆਤਮਾ ਦਾ ਮਿਲਾਪ ਹੁੰਦਾ। ਉਹ ਕਿੱਥੋਂ ਮਿਲਦੀ ਹੈ? ਉਹ ਮੇਰੇ ਸਤਿਗੁਰੂ ਦੇ ਕੋਲੋਂ ਵਾਰਤਾ ਵਿਚਾਰ ਮਿਲਦੀ ਹੈ, ਕਿਉਂਕਿ ਸਾਹਿਬ ਨੇ ਬਚਨ ਕੀਤਾ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਏ। ਅਸਲੀ ਗੱਲ ਅਸਲੀ ਕਿੱਥੋਂ ਮਿਲਦੀ ਹੈ? ਪਾਤਸ਼ਾਹ ਕਹਿੰਦੇ ਨੇ ਤੱਤੈ ਸਾਰ ਨਾ ਜਾਣੀ ਗੁਰੂ ਵਾਜੋਂ, ਤੱਤੈ ਸਾਰ ਨਾ ਜਾਣੀ ਗੁਰੂ ਤੋਂ ਬਿਨਾਂ ਨਹੀਂ ਭਾਈ। ਗੁਰੂ ਸਾਹਿਬ ਨਾਲ ਜੁੜਾਂਗੇ ਤੇ ਗੁਰੂ ਜੀ ਅਸਲ ਗੱਲ ਸਮਝਾ ਦੇਣਗੇ ਵੀ ਪਿਆਰਿਆ ਕਿਤੇ ਇੱਧਰ ਉੱਧਰ ਨਾ ਫਸ ਜਾਵੀ, ਬਸ ਅਸਲ ਤੂੰ ਆਹ ਕੰਮ ਕਰੀ, ਸੱਚ ਨਾਲ ਜੁੜ ਜਾਈ ਤੇ ਸੱਚੇ ਦੇ ਗੁਣ ਗਾਈ, ਪਰਮਾਤਮਾ ਵਾਹਿਗੁਰੂ ਦਾ ਤੇਰਾ ਮਿਲਾਪ ਹੋ ਜਾਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇੱਥੇ ਵੀ ਇੱਕਣਾ ਨੇ ਸਿਮਰਤ ਸ਼ਾਸਤਰਾਂ ਨੂੰ ਸਾਜ ਦਿੱਤਾ ਹੈ, ਮਤ ਦਿੱਤੀ ਵਾਹਿਗੁਰੂ ਨੇ, ਤੇ ਪਾਪ ਤੇ ਪੁੰਨ ਦੀ ਇੱਥੇ ਗਿਣਤੀ ਮਿਣਤੀ ਕਰਕੇ ਸਾਡੇ ਸਾਹਮਣੇ ਰੱਖ ਦਿੱਤੀ ਹੈ। ਪਾਤਸ਼ਾਹ ਕਹਿੰਦੇ ਨੇ ਅੱਗੇ ਜੈਸ ਬੁਝਾਏ ਸੋ ਬੁੱਝ ਸੀ ਸੱਚੇ ਸ਼ਬਦ ਪਤੀਨੀ। ਜਿਨ੍ਹਾਂ ਨੂੰ ਮੇਰੇ ਮਾਲਕ ਨੇ ਭਾਈ ਸ਼ਬਦ ਦੁਆਰਾ ਬੁਝਾਉਣਾ ਕੀਤਾ, ਜਿਹੜੇ ਸ਼ਬਦ ਤੇ ਪਤੀਜ ਗਏ ਨੇ, ਜਿਹੜੇ ਸੱਚੇ ਸ਼ਬਦ ਨੂੰ ਸੱਚ ਕਰਕੇ ਮੰਨਦੇ ਆ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਸਭ ਕੁਝ ਸਮਝ ਵਿੱਚ ਆ ਗਿਆ, ਆ ਜਾਂਦਾ ਹੈ। ਜੇ ਸਮਝਾਏ ਸੋ ਬੁੱਝ ਸੀ, ਜਿਨ੍ਹਾਂ ਨੂੰ ਬੁਝਾਉਂਦਾ ਸਮਝਾਉਂਦਾ ਮੇਰਾ ਮਾਲਕ, ਉਹ ਬੁੱਝ ਲੈਂਦੇ ਹੈ। ਪਰ ਬੁੱਝਦੇ ਕਾਹਦੇ ਨਾਲ? ਸੱਚੇ ਸ਼ਬਦ ਪਤੀਨੀ, ਜਿਹੜੇ ਸ਼ਬਦ ਤੇ ਪਤੀਜਦਾ, ਪਤੀਨੀ ਦਾ ਭਾਵ ਹੁੰਦਾ ਵੀ ਮੰਨਣਾ, ਜਿਹੜੇ ਸ਼ਬਦ ਬਾਣੀ ਨੂੰ ਮੰਨਦੇ ਆ ਉਹਨਾਂ ਨੂੰ ਸਮਝ ਆ ਜਾਂਦੀ ਹੈ, ਜੀਵਨ ਜਾਂਚ ਮਿਲ ਜਾਂਦੀ ਹੈ, ਤੇ ਆਖਿਰ ਵਿੱਚ ਜਾ ਕੇ ਸਾਹਿਬਾ ਰਹਿਮਤ ਕਰਦੇ ਆ, ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਲਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਪਾਤਸ਼ਾਹ ਕਹਿੰਦੇ ਆਪੇ ਆਪ ਵਰਤਦਾ, ਵਰਤਦਾ ਸਾਰੇ ਪਾਸੇ ਆਪ ਹੀ ਹੈ ਵਾਹਿਗੁਰੂ, ਸਾਰੇ ਪਾਸੇ ਆਪ ਹੀ ਵਰਤਦਾ। ਆਪੇ ਬਖਸ਼ ਮਲਾਈ, ਆਪੇ ਮੇਰਾ ਵਾਹਿਗੁਰੂ ਬਖਸ਼ਿਸ਼ ਕਰਕੇ ਕਿਰਪਾ ਕਰਕੇ ਮਿਲਾ ਵੀ ਲੈਂਦਾ ਇੱਕਣਾਂ ਨੂੰ, ਇੱਕਣਾਂ ਦਾ ਮੇਲ ਹੋ ਜਾਂਦਾ। ਇੱਕ ਸਾਡੇ ਅਰਕੇ ਉੱਦਾਂ ਹੀ ਤੁਰੇ ਫਿਰਦੇ ਆ ਦੁਨੀਆਂ ਦੇ ਵਿੱਚ, ਪਰ ਪਾਤਸ਼ਾਹ ਕਹਿੰਦੇ ਨੇ ਵਾਹ ਵਾਹ ਸੱਚੇ ਪਾਤਸ਼ਾਹ। ਜਿਹੜਾ ਮੇਨ ਇਸ ਵਾਰ ਦਾ ਬੰਦ ਹੈ ਰਹਾਉ ਵਾਲਾ, ਵੀ ਹੈ ਮੇਰੇ ਪਾਤਸ਼ਾਹ ਸੱਚੇ ਪਾਤਸ਼ਾਹ, ਸੱਚੇ ਸਤਿਗੁਰੂ ਤੂੰ ਵਾਹ ਵਾਹ ਹੈ, ਤੂੰ ਧੰਨਤਾ ਦੇ ਯੋਗ ਹੈ, ਤੂੰ ਸੱਚੀ ਨਾਈ,
तेरी वडियाई सच्ची है, तू सच का न्याय करन वाला है पासा, साढ़े ते रहमत करो, असी सच्यार बन जाइए, असी तुहाडी विचार नूं समझ करके अपने हिरदे विच वसाइए, जिंदगी च लागू करिए, ताते साडा भी भला हो जावे, असी भी इस जीवन दीआं खुशियां माणीए। रहमत करियो साहिब जी, आपां सारी मंग मंगीए गुरु चरणां विचों सच्चे पातशाह, कृपा करियो विसर नाहीं दातार, अपना नाम देहो गुण गावंत नरात, नानक चावे हो सबद की संपूर्ण ताई है। इन्हीं बेनतियां प्रवान करन जी साहिब जी रहमत करन, अगलेरा शब्द आपां कल नूं सरवण करांगे। आओ अज हुण कुछ कु समा गुरमंत्र द्वारा सांझ पाईए, प्रेम सहित सारी संगत आखना करो जी, वाहिगुरु 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 वाहिगुरु। श्लोक पवन गुरु पाणी पिता माता तरत, दिवस रात दुराई दाया खेलै सगल, चंगियाईयां वरियाईयां बाचै धर्मा, करमी आपो अपनी के नेड़ै के, जिनी नाम ते आया गई मसाकुत, नानक ते मुख उजले केती सुटी, जिनी नाम ते आया गए नानक ते मुख उजले केती सुटी। वाहिगुरु जी का खालसा, वाहिगुरु जी की फतेह।